ਕਿਉਂਕਿ ਜਿਹੜੀ ਵੀ ਪਾਰਟੀ ਰਾਜ ਕਰਦੀ ਹੈ, ਜਿਹੜੀ ਵੀ ਧਿਰ ਜਾਂ ਜਿਹੜਾ ਵੀ ਲੀਡਰ ਆਉਂਦਾ, ਉਹ ਆਪਣੇ ਅਨੁਸਾਰ ਕਾਨੂੰਨ ਤੈਅ ਕਰਦਾ। ਤਾਂ ਜਦੋਂ ਉਹਨਾਂ ਤੋਂ ਹਟ ਕੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ, ਤਾਂ ਉਹ ਫਿਰ ਇਹ ਜ਼ੋਰ ਜ਼ਬਰ ਕਰਦੇ ਆ ਕਿ ਜਿੱਥੋਂ ਅਸੀਂ ਉਡੀਕ ਕਰ ਰਹੇ ਹਾਂ, ਭਾਵੇਂ ਅੱਜ ਵੀ ਆਸ ਬਣਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਜਿਨ੍ਹਾਂ ਨੂੰ ਪੰਥ ਰਤਨ ਫਖਰੇ ਕੌਮ ਦਿੱਤਾ ਉਹ ਵਾਪਸ ਲੈਣ, ਕਿਉਂਕਿ ਉਹਨਾਂ ਨੇ ਧਰੋਹ ਕਮਾਇਆ ਜੀ, ਅਤੇ ਜਿਹੜੇ ਹੱਕਦਾਰ ਨੇ ਉਹਨਾਂ ਨੂੰ ਦੇਣ ਦਾ ਐਲਾਨ ਕੀਤਾ ਜਾਵੇ। ਪਰ ਅਜੇ ਤੱਕ ਉਹਨਾਂ ਵੱਲੋਂ ਤਾਂ ਕੰਨ 'ਤੇ ਜੂ ਨਹੀਂ ਸਰਕੀ। ਜਿਹੜੀਆਂ ਪੰਥ ਵਿਰੋਧੀ ਵਿਚਾਰਧਾਰਾ ਉਹ ਕਾਬਜ ਹੋਈ ਬੈਠੀ ਹੈ ਜੀ, ਜਿਹੜੇ ਪਰਿਵਾਰਵਾਦ ਜਿਹੜਾ ਕਾਬਜ ਹੋਇਆ ਬੈਠਾ ਵਾ, ਜਿਸ ਕਾਰਨ ਕਰਕੇ ਤਖਤਾਂ ਤੋਂ ਸਹੀ ਜਿਹੜੇ ਫੈਸਲੇ ਆ ਉਹ ਕਦੇ ਕਦੇ ਕੋਈ ਫੈਸਲਾ ਹੁੰਦਾ ਵਾ, ਬਾਕੀ ਫੈਸਲੇ ਜਿਹੜੇ ਉਹ ਪਰਿਵਾਰਾਂ ਦੇ ਪਾਰਟੀਆਂ ਦੇ ਆਉਂਦੇ ਆ। ਉਹ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਇਹ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਹੈ ਜੀ, ਪੰਜਾਬ ਬਚਾਓ, ਪੰਜਾਬ ਨੂੰ ਉਜਾੜਿਆ ਕਿਹਨੇ? ਪਹਿਲਾਂ ਤਾਂ ਇਹ ਦੱਸ ਦਿਓ, 10 ਸਾਲ ਲਗਾਤਾਰ ਰਾਜ ਰਿਹਾ, ਲੈਂਡ ਮਾਫੀਆ, ਸੈਂਡ ਮਾਫੀਆ, ਕੇਬਲ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ, ਕਿੰਨੇ ਮਾਫੀ ਉਜਾੜਿਆ ਕਿੰਨੇ? ਪਹਿਲਾਂ ਤਾਂ ਇਹ ਦੱਸੋ। ਤਾਂ ਮੈਂ ਤਾਂ ਇਸ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਪੰਜਾਬ ਬਚਾਓ ਯਾਤਰਾ ਨਹੀਂ, ਉਹ ਤਾਂ ਬਾਦਲ ਬਚਾਓ ਯਾਤਰਾ ਆ, ਇਹ ਤਾਂ ਆਪਣਾ ਪਰਿਵਾਰ ਬਚਾਓ ਯਾਤਰਾ ਉਹਨਾਂ ਨੇ ਸ਼ੁਰੂ ਕੀਤੀ ਹੈ ਕਿ ਅੱਜ ਜਿਹੜੇ ਹਾਲਾਤ ਆ ਉਹਨਾਂ ਨੇ ਪੰਥ ਪੰਜਾਬ ਨਾਲ ਧਰੋਹ ਕਮਾਇਆ, ਹਾਸ਼ੀਏ 'ਤੇ ਚਲੇ ਗਏ, 3 ਸੀਟਾਂ 'ਤੇ ਆ ਗਏ, ਅੱਜ ਹਾਲਾਤ ਕੀ ਆ ਉਹਨਾਂ ਦੇ ਗਾਂਹ, ਪਾਰਲੀਮੈਂਟ ਕੋਈ ਜਿੱਤਦੇ ਉਹਨਾਂ ਪਾਰਲੀਮੈਂਟ ਜਿੱਤਦੇ ਨਹੀਂ ਦਿਖਦੇ, ਕਾਰਨ ਜੋ ਉਹਨਾਂ ਨੇ ਕੁਛ ਪੰਥ 'ਤੇ ਪੰਜਾਬ ਨਾਲ ਕੀਤਾ। ਚੜ੍ਹਦੀ ਕਲਾ ਟਾਈਮ ਟੀ ਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਅੱਜ ਦੀ ਖਾਸ ਮੁਲਾਕਾਤ ਉਸ ਸ਼ਖਸੀਅਤ ਦੇ ਨਾਲ ਕਰਵਾ ਰਹੇ ਹਾਂ, ਉਸ ਨੌਜਵਾਨ ਆਗੂ ਦੇ ਨਾਲ ਕਰਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਪੰਥ ਦਾ ਦਰਦ ਜੋ ਹੈ, ਜੋ ਤੜਫ ਹੈ, ਉਹ ਘੁੱਟ ਘੁੱਟ ਕੇ ਭਰੀ ਹੋਈ ਹੈ, ਜੋ ਦਿਨੇ ਰਾਤ ਪੰਥਕ ਮੁੱਦਿਆਂ ਲਈ, ਸਿੱਖ ਪੰਥ ਸਿੱਖੀ ਦੇ ਪ੍ਰਚਾਰ ਲਈ, ਗੁਰਮਤ ਦੇ ਪ੍ਰਚਾਰ ਲਈ ਸੰਸਾਰ ਭਰ ਦੇ ਵਿੱਚ ਜੋ ਹਨ ਵਿਚਰ ਰਹੇ ਹਨ, ਅਤੇ ਪੰਥ ਦੇ ਵਿੱਚ ਇੱਕ ਨਵੀਂ ਚੇਤਨਾ ਲਿਆਉਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਇਹ ਉਹ ਸ਼ਖਸੀਅਤ ਹੈ ਜਿਸ ਨੂੰ ਆਪ ਜੀ ਸਿੱਖ ਸੰਗਤਾਂ, ਭਾਵੇਂ ਉਹ ਗਰਮ ਖਿਆਲੀ ਨੇ ਜਾਂ ਭਾਵੇਂ ਲੋਕਧਾਰਾ ਦੇ ਸਾਡੇ ਸਮਾਜ ਦੇ ਹਿੱਸੇ ਹਨ, ਉਹ ਬਰਾਬਰ ਪਿਆਰ ਕਰਦੇ ਹਨ ਅਤੇ ਉਹਨਾਂ ਵੱਲ ਰੋਜ਼ਾਨਾ ਦੇਖਦੇ ਹਨ ਕਿ ਇਹ ਅੱਜ ਸਾਨੂੰ ਹਲੂਣਾ ਦੇਣ ਲਈ ਕੀ ਨਵੀਂ ਗੱਲ ਕਰ ਰਹੇ ਹਨ। ਅੱਜ ਇਹਨਾਂ ਦੇ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਜੋ ਮੈਂ ਆਪ ਦੇਖਦਾ ਆ ਰਿਹਾ ਹਾਂ, ਅਣਥੱਕ ਦਿਨ ਰਾਤ ਦੀ ਮਿਹਨਤ ਸਦਕਾ ਇਹਨਾਂ ਨੇ ਪੰਥ ਵਿੱਚ ਇੱਕਜੁੱਟਤਾ ਲਿਆਉਣ ਲਈ, ਪੰਥਕ ਮੁੱਦਿਆਂ ਨੂੰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਲਈ ਨਾ ਸਿਰਫ ਯਤਨ ਕੀਤੇ, ਜੇਲ੍ਹਾਂ ਵੀ ਕੱਟੀਆਂ, ਮੁਕੱਦਮਿਆਂ 'ਚ ਵੀ ਰਹੇ, ਪਰ ਡੋਲੇ ਨਹੀਂ। ਮੇਰੀ ਮੁਰਾਦ ਹੈ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਜੋ ਕਿ ਅੱਜ ਖਾਸ ਤੌਰ 'ਤੇ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਸਟੂਡੀਓ ਦੇ ਵਿੱਚ ਆਏ ਹਨ,
ਉਹਨਾਂ ਦਾ ਨਿੱਘਾ ਸਵਾਗਤ ਹੈ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਜਥੇਦਾਰ ਬਾਬਾ ਬਲਜੀਤ ਸਿੰਘ ਜੀ ਨੂੰ ਜਥੇਦਾਰ ਪੰਥ ਨੇ ਬਣਾਇਆ ਹੈ ਅਤੇ ਪੰਥ ਦੇ ਪਿਆਰ ਸਦਕਾ ਜਿੱਥੇ ਇਹਨਾਂ ਨੂੰ ਜਥੇਦਾਰੀ ਦੀ ਸੇਵਾ ਮਿਲੀ, ਉੱਥੇ ਹਰਿਆਣੇ ਦੇ ਵਿੱਚ ਸਿਰਸਾ ਤੋਂ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਦਾ ਕੇਂਦਰ ਰੱਖਿਆ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਅਤੇ ਹੁਣ ਮੌਜੂਦਾ ਤੌਰ 'ਤੇ ਸੀਨੀਅਰ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ 'ਤੇ ਸੇਵਾ ਵੀ ਨਿਭਾ ਰਹੇ ਹਨ। ਪਰ ਇਹਨਾਂ ਅਹੁਦਿਆਂ ਤੋਂ ਉੱਪਰ ਉੱਠ ਕੇ ਜੋ ਦਿਨ ਰਾਤ ਪੰਥਕ ਮਸਲਿਆਂ ਲਈ ਇਹ ਅੱਗੇ ਹੋ ਕੇ ਨਿਤਰਦੇ ਹਨ, ਉਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਪਿੱਛੇ ਅਸੀਂ ਜਿੰਨੇ ਵੀ ਮੋਰਚੇ ਦੇਖੇ, ਜਿੰਨੀਆਂ ਵੀ ਪੰਥਕ ਮਸਲਿਆਂ ਉੱਤੇ ਗੱਲ ਹੋਈ, ਬਾਬਾ ਬਲਜੀਤ ਸਿੰਘ ਜੀ ਨੇ ਜਿਸ ਸਿਆਣਪ ਨਾਲ ਉਹਨਾਂ ਨੂੰ ਹੱਲ ਕੀਤਾ, ਅੱਜ ਉਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਤੁਸੀਂ ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਕੌਂਕੇ ਸਾਹਿਬ ਨੂੰ ਆਪ ਜੀ ਨੇ ਪੰਥ ਰਤਨ ਫਖਰੇ ਕੌਮ ਦਾ ਵੀ ਜਿਹੜਾ ਸਨਮਾਨ ਉਹਨਾਂ ਦੇ ਪਰਿਵਾਰ ਨੂੰ ਖਾਸ ਤੌਰ 'ਤੇ ਬੁਲਾ ਕੇ ਨਾਢਾ ਸਾਹਿਬ ਵਿਖੇ ਦਿੱਤਾ, ਅਤੇ ਪਿਛਲੇ ਜਿਹੜੇ ਮਸਲੇ ਵੀ ਹਨ, ਮੈਂ ਚਾਹਾਂਗਾ ਕਿ ਕੁਝ 'ਚ ਸਮੁੰਦਰ ਦੀ ਤਰ੍ਹਾਂ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਦੇਖੋ ਦਰਦੀ ਸਾਹਿਬ, ਲੰਬੇ ਸਮੇਂ ਤੋਂ ਤੁਹਾਡੇ ਨਾਲ ਵੀ ਚੜ੍ਹਦੀ ਕਲਾ ਟਾਈਮ TV 'ਤੇ ਸਾਰੇ ਸਰੋਤਿਆਂ ਨਾਲ, ਸੰਗਤਾਂ ਨਾਲ, ਦੇਸ਼ ਵਿਦੇਸ਼ ਵਿੱਚ ਜੋ ਵਿਚਰਦਿਆਂ ਮੇਲ ਜੋਲ ਰਿਹਾ, ਤੁਸੀਂ ਵੀ ਸਾਰਾ ਜਾਣਦੇ ਹੋ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਸਦਕਾ ਧਰਮ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ, ਪੰਥਕ ਮੁੱਦਿਆਂ 'ਤੇ ਸੰਘਰਸ਼, ਚਾਹੇ ਕੋਈ ਵੀ ਮਸਲਾ ਹੋਵੇ, ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਮਸਲੇ ਹੱਲ ਵੀ ਹੋਏ ਆ, ਬਹੁਤ ਸਾਰੇ ਅਜੇ ਲਟਕਦੇ ਵੀ ਆ ਰਹੇ ਆ। ਸਮੇਂ ਦੀਆਂ ਸਰਕਾਰਾਂ ਨਾਲ ਗੱਲਬਾਤ, ਚਾਹੇ ਪੰਜਾਬ ਸਰਕਾਰ, ਹਰਿਆਣਾ ਸਰਕਾਰ ਆ, ਕੇਂਦਰ ਸਰਕਾਰ ਆ, ਲਿਖਤੀ ਤੌਰ 'ਤੇ ਵੀ, ਚਿੱਠੀ ਪੱਤਰ ਰਾਹੀਂ ਵੀ, ਵਫਦ ਰਾਹੀਂ, ਮੁਲਾਕਾਤਾਂ ਰਾਹੀਂ ਵੀ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦਾ ਜਿਹੜਾ ਉਹ ਯਤਨ ਕੀਤਾ। ਇਹਨਾਂ ਸਾਰੇ ਮੁੱਦਿਆਂ ਦੇ ਦੌਰਾਨ ਸੰਘਰਸ਼ ਕਰਦਿਆਂ, ਪ੍ਰਚਾਰ ਕਰਦਿਆਂ, ਬਹੁਤ ਵਾਰ ਜੇਲ੍ਹਾਂ ਵੇਖਣੀਆਂ ਪਈਆਂ, ਮੁਕੱਦਮੇ ਵੀ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਤਸ਼ੱਦਦ ਕੀਤਾ, ਕਿਉਂਕਿ ਜਦੋਂ ਵੀ ਕੋਈ ਸਮੇਂ ਦੀਆਂ ਸਰਕਾਰਾਂ ਦੇ ਕੁਰੀਤੀਆਂ ਦੇ ਖਿਲਾਫ਼, ਨਾਕਾਮੀਆਂ ਦੇ ਖਿਲਾਫ਼, ਧੱਕੇਸ਼ਾਹੀਆਂ ਦੇ ਖਿਲਾਫ਼ ਜਦੋਂ ਕੋਈ ਆਵਾਜ਼ ਉਠਾਉਂਦਾ, ਤਾਂ ਉਹਨੂੰ ਫਿਰ ਉਹਨਾਂ ਸਰਕਾਰਾਂ ਦੇ ਜ਼ੋਰ ਜ਼ਬਰ ਦਾ ਸ਼ਿਕਾਰ ਹੋਣਾ ਹੀ ਪੈਂਦਾ ਜੀ। ਗੁਰੂ ਅਰਜਨ ਦੇਵ ਮਹਾਰਾਜ ਦਾ ਵੀ ਕੋਈ ਕਸੂਰ ਨਹੀਂ, ਤੱਤੀ ਤਵੀ 'ਤੇ ਸਮੇਂ ਦੀ ਸਰਕਾਰ ਨੇ ਬਿਠਾਇਆ। ਗੁਰੂ ਤੇਗ ਬਹਾਦਰ ਸਾਹਿਬ ਦਾ ਚਾਂਦਨੀ ਚੌਂਕ ਜਸੀਸ ਜਿਹੜਾ ਸੀ, ਉਹ ਕਲਮ ਕੀਤਾ, ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ। ਹੋਰ ਪੀਰਾਂ ਫਕੀਰਾਂ ਦੀ ਗੱਲ ਕਰੀਏ, ਸਰਮੱਦ ਫਕੀਰ ਸੀ, ਕੋਈ ਗੁਨਾਹ ਨਹੀਂ, ਅਤੇ ਅਸੀਂ ਉਹਨਾਂ ਗੁਰੂਆਂ ਪੀਰਾਂ ਦੇ ਸੇਵਕ ਹਾਂ, ਉਹਨਾਂ ਦੇ ਸੇਵਕਾਂ ਦੇ ਵੀ ਚਰਨ ਧੂੜ ਦੇ ਬਰਾਬਰ ਵੀ ਨਹੀਂ। ਜਦੋਂ ਅਸੀਂ ਇਸ ਸਮੇਂ ਦੇ ਹਾਲਾਤਾਂ ਵਿੱਚ ਸਮਾਜ ਵਾਸਤੇ, ਪੰਥ ਕੌਮ ਵਾਸਤੇ, ਮਨੁੱਖਤਾ ਵਾਸਤੇ ਕੋਈ ਗੱਲ ਚੁੱਕਦੇ ਹਾਂ, ਤਾਂ ਸਮੇਂ ਦੀਆਂ ਸਰਕਾਰਾਂ ਦਾ ਜ਼ਬਰ, ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ। ਕਿਉਂਕਿ ਸਰਕਾਰਾਂ ਹਮੇਸ਼ਾ ਚਾਹੁੰਦੀਆਂ ਨੇ ਕਿ ਉਹ ਸਾਡੇ ਅਨੁਸਾਰ ਜੋ ਬਣਾਉਂਦੇ ਆ ਆਪਣੇ ਕਾਇਦੇ ਕਾਨੂੰਨ, ਭਾਵੇਂ ਉਹ ਕਾਨੂੰਨ ਤੋਂ ਵੀ ਹਟ ਕੇ ਹੁੰਦੇ ਆ, ਸੰਵਿਧਾਨ ਤੋਂ ਵੀ ਹਟ ਕੇ ਹੁੰਦੇ ਆ ਜੀ। ਕਿਉਂਕਿ ਜਿਹੜੀ ਵੀ ਪਾਰਟੀ ਰਾਜ ਕਰਦੀ ਹੈ, ਜਿਹੜੀ ਵੀ ਧਿਰ ਜਾਂ ਜਿਹੜਾ ਵੀ ਲੀਡਰ ਆਉਂਦਾ, ਉਹ ਆਪਣੇ ਅਨੁਸਾਰ ਕਾਨੂੰਨ ਤੈਅ ਕਰਦਾ। ਤਾਂ ਜਦੋਂ ਉਹਨਾਂ ਤੋਂ ਹਟ ਕੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ, ਤਾਂ ਉਹ ਫਿਰ ਇਹ ਜ਼ੋਰ ਜ਼ਬਰ ਕਰਦੇ ਆ। ਸੋ ਸਮੇਂ ਦੇ ਨਾਲ ਇਹ ਵੀ ਸਾਰਾ ਜਿਹੜਾ ਹੈਗਾ ਝੱਲਣਾ ਪਿਆ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਆਪਣੇ ਚਰਨਾਂ ਨਾਲ ਜੋੜ ਕੇ, ਬਾਣੀ ਬਾਣੇ ਨਾਲ ਜੋੜ ਕੇ, ਚੜ੍ਹਦੀ ਕਲਾ ਨਿਡਰਤਾ ਬਖਸ਼ੀ,
ਬੜੇ ਮੁਕੱਦਮੇ, ਬੜੀਆਂ ਜੇਲ੍ਹਾਂ ਦਾ ਸਾਹਮਣਾ ਕੀਤਾ, ਪਰ ਸੰਘਰਸ਼ ਜਿਹੜਾ ਸੀ ਉਹ ਸੰਗਤਾਂ ਦੇ, ਪੰਥ ਦੇ ਸਹਿਯੋਗ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਰਿਹਾ। ਤੁਸੀਂ ਜਥੇਦਾਰ ਕੌਂਕੇ ਸਾਹਿਬ ਦੀ ਗੱਲ ਕੀਤੀ ਆ, ਦੇਖੋ ਅੱਜ ਮੈਂ ਕਹਾਂਗਾ ਕਿ ਪੰਥ ਰਤਨ ਫਖਰੇ ਕੌਮ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਿਨ੍ਹਾਂ ਨੂੰ 1986 ਵਿੱਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਸਰਬੱਤ ਖਾਲਸਾ ਨੇ ਕਾਰਜਕਾਰੀ ਜਥੇਦਾਰ ਥਾਪਿਆ ਸੀ, 31 ਸਾਲਾਂ ਬਾਅਦ ਉਹਨਾਂ ਦੀ ਜਿਹੜੀ ਕਤਲ ਦੀ ਰਿਪੋਰਟ ਆ ਉਹ ਜਨਤਕ ਹੋਈ ਕਿ ਕਿਸ ਤਰ੍ਹਾਂ ਉਹਨਾਂ ਨੂੰ ਪੁਲਿਸ ਹਿਰਾਸਤ ਵਿੱਚ ਕੋ ਕੇ ਅਣਮਨੁੱਖੀ ਤਸੀਹੇ ਦੇ ਕੇ ਅੰਨਾ ਤਸ਼ੱਦਦ ਢਾ ਕੇ ਸ਼ਹੀਦ ਕੀਤਾ ਅਤੇ ਉਹਨਾਂ ਦੇ ਸਰੀਰ ਦੇ ਟੁਕੜੇ ਕਰਕੇ ਦਰਿਆ 'ਚ ਰੋੜ ਦਿੱਤੇ। ਸਰਕਾਰਾਂ ਬਦਲੀਆਂ, ਮੁੱਖ ਮੰਤਰੀ ਬਦਲੇ, ਆਪਣੇ ਪਰਾਏ ਕਈਆਂ ਦਾ ਰਾਜ ਆਇਆ, ਪਰ ਉਹਨਾਂ ਦੇ ਕਤਲ ਦਾ ਕਿਸੇ ਨੇ ਇਨਸਾਫ ਨਹੀਂ ਦਿੱਤਾ। ਪੁਲਿਸ ਨੇ ਉਹਨਾਂ ਨੂੰ ਭਗੌੜਾ ਕਹਿ ਕੇ ਵੀ ਆਪਣੀ ਕਹਾਣੀ ਜਿਹੜੀ ਸੀ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਫਾਈਲਾਂ ਸਾਂਭ ਦਿੱਤੀਆਂ। ਸਮੇਂ ਜਿਹੜਾ ਪਿਛਲੇ ਸਮੇਂ ਤਿਵਾੜੀ ਕਮਿਸ਼ਨ ਵੀ ਬਣਿਆ, ਉਹਨੇ ਜਿਹੜੀ ਰਿਪੋਰਟ ਦਿੱਤੀ ਉਹਨੂੰ ਮਿੱਟੀ ਘੱਟੇ ਰੋਲਣ ਦਾ ਯਤਨ ਕੀਤਾ। ਤਾਂ ਹੁਣ 31 ਸਾਲਾਂ ਬਾਅਦ ਜਦੋਂ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਰਿਪੋਰਟ ਜਨਤਕ ਕੀਤੀ, IPS ਆਫਿਸਰ BP ਤਿਵਾੜੀ ਜਿਹੜਾ ਕਿ ਇੱਕ ਗੈਰ ਸਿੱਖ ਅਫਸਰ ਸੀ ਪਰ ਉਹਨੂੰ ਇਮਾਨਦਾਰ ਮੰਨਿਆ ਜਾਂਦਾ, ਭਾਵੇਂ ਉਹ ਗੈਰ ਸਿੱਖ ਸੀ, ਉਹਨੇ ਇਮਾਨਦਾਰੀ ਨਾਲ ਇਸ਼ਾਰਾ ਕੀਤਾ ਕਿ ਵਾਕਿਆ ਹੀ ਜਥੇਦਾਰ ਕੌਂਕੇ ਸਾਹਿਬ ਦਾ ਗਵਾਹਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਕਿ ਕਤਲ ਹੋਇਆ, ਇਹਦੀ ਜਾਂਚ ਹੋਣੀ ਚਾਹੀਦੀ, FIR ਹੋਣੀ ਚਾਹੀਦੀ, ਪਰ ਕਿਸੇ ਨੇ ਕੀਤੀ ਨਹੀਂ। ਫਿਰ ਪੰਥ ਵੱਲੋਂ ਇਹ ਵੀ ਮੰਗ ਦੇਸ਼ ਵਿਦੇਸ਼ 'ਚੋਂ ਸੈਂਕੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ ਵੱਲੋਂ, ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਚਾਹੇ ਉਹ ਯੂਰਪ, ਇੰਗਲੈਂਡ ਜਾਂ ਹੋਰ ਦੇਸ਼ਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੀਗੇ, ਪੰਥ ਰਤਨ ਫਖਰੇ ਕੌਮ ਦਾ ਅਵਾਰਡ ਜਥੇਦਾਰ ਕੌਂਕੇ ਸਾਹਿਬ ਨੂੰ ਦਿੱਤਾ ਜਾਣਾ ਚਾਹੀਦਾ। ਇਹਦੀ ਮੰਗ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਬੰਦੀਆਂ ਨੇ ਕੀਤੀ ਕਿ ਜਿਨ੍ਹਾਂ ਨੂੰ ਪੰਥ ਰਤਨ ਫਖਰੇ ਕੌਮ ਦਿੱਤਾ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ, ਵੀ ਉਹ ਢੁਕਵਾਂ ਨਹੀਂ ਆ, ਉਹਨਾਂ ਨੇ ਤਾਂ ਧਰੋਹ ਕਮਾਇਆ, ਜਥੇਦਾਰ ਕੌਂਕੇ ਸਾਹਿਬ ਦੇ ਕਤਲ ਦਾ ਇਨਸਾਫ ਨਹੀਂ ਦਿੱਤਾ, ਸਰਕਾਰ ਵੀ ਬਣਾਈ ਵਾਅਦੇ ਕਰਕੇ ਪਰ ਵਾਅਦਾ ਖਿਲਾਫੀ ਕੀਤੀ, ਔਰ ਪੰਥ ਦੇ ਵੱਲੋਂ ਇਹ ਮੰਗ ਸੀ ਤਾਂ ਉਸ ਮੰਗ ਦੇ ਆਧਾਰ 'ਤੇ ਅਸੀਂ ਜਿਹੜਾ ਸੀਗਾ ਗੁਰਦੁਆਰਾ ਨਾਢਾ ਸਾਹਿਬ ਪਾਤਸ਼ਾਹੀ 10ਵੀਂ ਜਿਹੜਾ ਸਮਾਗਮ ਕੀਤਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੀਆਂ ਸੰਗਤਾਂ, ਅਸੀਂ ਉਪਰਾਲਾ ਕੀਤਾ, ਗੁਰੂ ਸਾਹਿਬ ਨੇ ਸੇਵਾ ਬਖਸ਼ੀ ਕਿ ਬਾਕੀ ਸਾਰੇ ਕਾਰਜ ਤਾਂ ਹੋ ਹੀ ਰਹੇ ਆ, ਅਸੀਂ ਗੁਰਪੁਰਬ ਮਨਾਉਂਦੇ ਹਾਂ, ਮਨਾਉਣੇ ਚਾਹੀਦੇ ਆ, ਸਾਨੂੰ ਰੂਟੀਨ ਦੇ ਪ੍ਰੋਗਰਾਮ ਸਾਰੇ ਸਾਡੇ ਹੋ ਰਹੇ ਆ, ਪਰ ਜਿਹੜਾ ਰੂਟੀਨ ਤੋਂ ਹਟ ਕੇ ਜਿਹੜੀ ਅੱਜ ਸਮੇਂ ਦੀ ਲੋੜ ਆ ਜੀ, ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹਿਲੀ ਵਾਰ 31 ਸਾਲਾਂ ਬਾਅਦ ਉਹਨਾਂ ਦਾ ਸ਼ਹੀਦੀ ਦਿਹਾੜਾ ਪੰਥ ਵੱਲੋਂ ਮਨਾਇਆ ਗਿਆ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਜਨਵਰੀ ਨੂੰ ਮਨਾਇਆ ਜੀ, ਔਰ ਫਿਰ ਅਸੀਂ ਇਹਦਾ ਐਲਾਨ ਕੀਤਾ ਔਰ ਨਾਢਾ ਸਾਹਿਬ ਵਿਖੇ, ਅਤੇ ਉੱਥੇ ਅਸੀਂ ਸਲਾਹ ਮਸ਼ਵਰਾ ਕਰਕੇ ਜਥੇਬੰਦੀਆਂ ਸੰਗਤਾਂ ਦੇ ਨਾਲ ਕਿ ਜਿੱਥੋਂ ਅਸੀਂ ਉਡੀਕ ਕਰ ਰਹੇ ਹਾਂ, ਭਾਵੇਂ ਅੱਜ ਵੀ ਆਸਵੰਦ ਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਹ ਜਥੇਦਾਰ ਜਿਨ੍ਹਾਂ ਨੂੰ ਪੰਥ ਰਤਨ ਫਖਰੇ ਕੌਮ ਦਿੱਤਾ ਉਹ ਵਾਪਸ ਲੈਣ, ਕਿਉਂਕਿ ਉਹਨਾਂ ਨੇ ਧਰੋਹ ਕਮਾਇਆ ਜੀ, ਅਤੇ ਜਿਹੜੇ ਹੱਕਦਾਰ ਨੇ ਉਹਨਾਂ ਨੂੰ ਦੇਣ ਦਾ ਐਲਾਨ ਕੀਤਾ ਜਾਵੇ, ਪਰ ਅਜੇ ਤੱਕ ਉਹਨਾਂ ਵੱਲੋਂ ਤਾਂ ਕੰਨ 'ਤੇ ਜੂ ਨਹੀਂ ਸਰਕੀ। ਫਿਰ ਇੱਥੇ ਪੰਥ ਨੇ ਫੈਸਲਾ ਕੀਤਾ ਸੰਗਤਾਂ ਵੱਲੋਂ, ਕੌਮ ਵੱਲੋਂ, ਮੈਂ ਨਹੀਂ ਦਿੱਤਾ, ਉਹ ਪੰਥ ਨੇ, ਕੌਮ ਨੇ, ਸੰਗਤਾਂ ਨੇ ਜਿਹੜਾ ਸੀਗਾ ਉੱਥੇ ਪੰਥ ਰਤਨ ਫਖਰੇ ਕੌਮ ਦਾ ਅਵਾਰਡ ਗੁਰਦੁਆਰਾ ਨਾਢਾ ਸਾਹਿਬ ਤੋਂ ਵੱਡੇ ਸੰਗਤਾਂ ਦੇ ਇਕੱਠ ਦੇ ਵਿੱਚ ਜਿਹੜਾ ਸੀਗਾ, ਔਰ ਲਾਈਵ ਟੈਲੀਕਾਸਟ ਤੁਸੀਂ ਵੀ ਚੜ੍ਹਦੀ ਕਲਾ ਟਾਈਮ TV ਨੇ ਕੀਤਾ, ਹੋਰ ਚੈਨਲਾਂ ਨੇ ਵੀ, ਦੁਨੀਆ ਭਰ ਦੀਆਂ ਸੰਗਤਾਂ ਨੇ ਦੇਖਿਆ, ਕਿਉਂਕਿ ਜਥੇਦਾਰ ਕੌਂਕੇ ਸਾਹਿਬ ਦੇ ਪਰਿਵਾਰ ਨੂੰ ਉਹਨਾਂ ਦੇ ਸਪੁੱਤਰ ਸਰਦਾਰ ਹਰੀ ਸਿੰਘ ਕੌਂਕੇ ਉੱਥੇ ਆਏ ਸੀਗੇ ਜੀ, ਉਹਨਾਂ ਦੇ ਸਪੁਰਦ ਕੀਤਾ ਉਹ ਅਵਾਰਡ ਪੰਥ ਵੱਲੋਂ, ਕੌਮ ਵੱਲੋਂ, ਕਿ ਸਾਡੇ ਪੰਥ ਦੇ, ਕੌਮ ਦੇ ਪੰਥ ਰਤਨ ਅਤੇ ਫਖਰੇ ਕੌਮ ਇਹ ਨੇ, ਜਿਵੇਂ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ ਸੀ, ਉਹਨਾਂ ਸ਼ਹਾਦਤ ਦਿੱਤੀ, ਇਵੇਂ ਜਥੇਦਾਰ ਕੌਂਕੇ ਸਾਹਿਬ ਦਾ
ਸਰੀਰ ਦਾ ਅੰਗ ਅੰਗ ਕੱਟ ਕੇ ਦਰਿਆ 'ਚ ਰੋੜਿਆ, ਉਹਨਾਂ ਸ਼ਹਾਦਤ ਦਿੱਤੀ। ਚੜ੍ਹਦੀ ਕਲਾ ਵਾਲੇ ਬਾਣੀ ਬਾਣੇ ਦੇ ਧਾਰਨੀ ਸਿੰਘ ਸੀ, ਉਹਨਾਂ ਕੋਈ ਗੁਨਾਹ ਨਹੀਂ ਕੀਤਾ, ਡਾਕਾ ਨਹੀਂ ਮਾਰਿਆ, ਕਤਲ ਨਹੀਂ ਸੀ ਕੀਤੇ ਜੀ। ਪਰ ਸਮੇਂ ਦੀ ਜ਼ਾਲਮ ਹਕੂਮਤ ਨੇ ਬੇਅੰਤ ਸਿੰਘ ਮੁੱਖ ਮੰਤਰੀ, KPS ਗਿੱਲ ਪੁਲਿਸ ਮੁਖੀ ਸੀ, ਸਵਰਨ ਸਿੰਘ ਘੋਟਣਾ SSP ਸੀ ਅਤੇ ਹੋਰ ਪੁਲਿਸ ਅਫਸਰਾਂ ਸਮੇਤ ਸਿੰਘ ਸੈਣੀ ਜਿਹੜਾ ਸੀਗਾ ਲੁਧਿਆਣੇ ਸੀ ਭਾਵੇਂ, ਪਰ ਉਹਨੇ ਵੀ ਜਥੇਦਾਰ ਦੇ ਮੂੰਹ ਦੇ ਉੱਤੇ ਸਿਗਰਟਾਂ ਪੀ ਕੇ ਧੂੰਆਂ ਮਾਰਨ ਦੀ ਗੱਲ ਜਿਹੜੀ ਉਹ ਸਾਹਮਣੇ ਆਉਂਦੀ ਆ ਗਵਾਹਾਂ ਦੀਆਂ ਇੰਟਰਵਿਊਆਂ ਤੋਂ, ਕਿ ਇੰਨਾ ਜ਼ਬਰ ਜ਼ੁਲਮ ਜਿਸ 'ਤੇ ਕੀਤਾ। ਸਾਡਾ ਅਸਲ ਪੰਥ ਰਤਨ ਅਤੇ ਫਖਰੇ ਕੌਮ ਉਹ ਆ ਜਿਹੜਾ ਕੌਮ ਦੇ ਵਾਸਤੇ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕਾ ਨਾ ਜਾਵੇ। ਇਹ ਪੰਥ ਨੇ, ਕੌਮ ਨੇ, ਪੰਥ ਰਤਨ ਫਖਰੇ ਕੌਮ ਦਾ ਅਵਾਰਡ ਉਹਨਾਂ ਨੂੰ ਦਿੱਤਾ। ਔਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਸਾਰੇ ਜਥੇਦਾਰਾਂ ਨੂੰ ਇਕੱਤਰ ਕਰਕੇ ਅਤੇ ਉਹਨਾਂ ਨੂੰ ਵੀ ਉੱਥੋਂ ਐਲਾਨ ਕਰਨਾ ਚਾਹੀਦਾ ਵੀ ਵਾਕਿਆ ਹੀ ਪੰਥ ਰਤਨ ਅਤੇ ਫਖਰੇ ਕੌਮ ਜਥੇਦਾਰ ਕੌਂਕੇ ਸਾਹਿਬ ਆ। ਜਥੇਦਾਰ ਸਾਹਿਬ, ਇੱਥੇ ਇੱਕ ਗੱਲ ਹੋਰ ਉੱਠ ਕੇ ਆਉਂਦੀ ਹੈ, ਜਿਵੇਂ ਪੰਥ ਨੇ ਸਰਬੱਤ ਖਾਲਸੇ ਨੇ ਆਪ ਜੀ ਨੂੰ ਵੀ ਜਥੇਦਾਰ ਦੀ ਉਪਾਧੀ ਦਿੱਤੀ, ਉਵੇਂ ਹੀ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਨੂੰ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਸੀ। ਜਿਹੜੇ ਪੰਥ ਵੱਲੋਂ ਅਜੋਕੇ ਸਮੇਂ ਤੋਂ ਪਹਿਲੇ, ਹੁਣ ਤੋਂ 30-35 ਸਾਲ ਪੁਰਾਣੇ ਜਥੇਦਾਰ ਸਨ ਜਿਨ੍ਹਾਂ ਨੂੰ ਪੰਥ ਵੱਲੋਂ ਜਥੇਦਾਰ ਬਣਾਇਆ ਗਿਆ ਸੀ, ਉਹਨਾਂ ਦੀ ਜਿਹੜਾ ਕੰਮ ਕਰਨ ਦਾ ਢੰਗ ਸੀ ਉਹ ਕੌਮ ਵਾਸਤੇ ਹੁੰਦਾ ਸੀ, ਕੌਮ ਵਾਸਤੇ ਕੁਰਬਾਨੀਆਂ ਵੀ ਦਿੰਦੇ ਸਨ, ਭਾਵੇਂ ਇਤਿਹਾਸ ਆਪਣਾ ਫੋਰ ਲਈਏ। ਪਰ ਜਦੋਂ ਤੋਂ ਸਾਡੀਆਂ ਕਮੇਟੀਆਂ ਦੇ ਅਧੀਨ ਜਥੇਦਾਰੀ ਨਿਯੁਕਤ ਹੋ ਰਹੀ ਹੈ ਜਾਂ ਰਾਜਸੀ ਪਰਚੀਆਂ ਖੋਲ੍ਹ ਕੇ ਜਥੇਦਾਰੀ ਨਿਯੁਕਤ ਹੋ ਰਹੀ ਹੈ, ਅਤੇ ਉਸ ਉੱਤੇ ਤੁਹਾਡਾ ਕੀ ਕਹਿਣਾ? ਦੇਖੋ, ਇਹ ਬੜੀ ਮੰਦਭਾਗੀ ਗੱਲ ਆ, ਮੈਂ ਸਮਝਦਾ ਕੌਮ ਦੇ ਵਾਸਤੇ ਸਾਡੇ ਚਾਹੇ ਉਹ ਤਖ਼ਤ ਨੇ ਚਾਹੇ ਗੁਰਦੁਆਰਾ ਕਮੇਟੀਆਂ ਚਾਹੇ ਹੋਰ ਸੰਸਥਾਵਾਂ, ਜਿਨ੍ਹਾਂ 'ਤੇ ਸਿਆਸਤ ਭਾਰੂ ਹੋ ਜਾਂਦੀ ਆ, ਪਰਿਵਾਰਾਂ ਦੀ ਸਿਆਸਤ ਜਾਂ ਪਾਰਟੀਆਂ ਦੀ ਸਿਆਸਤ, ਉਹ ਸੰਸਥਾਵਾਂ ਫਿਰ ਜਿਹੜਾ ਹੈਗਾ ਉਹ ਨਿਰੋਲ ਕੰਮ ਨਹੀਂ ਕਰ ਸਕਦੀਆਂ ਜੀ। ਉਹ ਜਿਹੜਾ ਪੰਥ ਵਾਸਤੇ, ਕੌਮ ਵਾਸਤੇ, ਅੱਜ ਸਾਡੀਆਂ ਸੰਸਥਾਵਾਂ 'ਤੇ ਤਕਰੀਬਨ ਜਿਹੜੀਆਂ ਪੰਥ ਵਿਰੋਧੀ ਵਿਚਾਰਧਾਰਾ ਉਹ ਕਾਬਜ ਹੋਈ ਬੈਠੀ ਆ ਜੀ, ਜਿਹੜੇ ਪਰਿਵਾਰਵਾਦ ਜਿਹੜਾ ਕਾਬਜ ਹੋਇਆ ਬੈਠਾ ਵਾ, ਜਿਸ ਕਾਰਨ ਕਰਕੇ ਤਖ਼ਤਾਂ ਤੋਂ ਸਹੀ ਜਿਹੜੇ ਫੈਸਲੇ ਆ ਉਹ ਕਦੇ ਕਦੇ ਕੋਈ ਫੈਸਲਾ ਹੁੰਦਾ ਵਾ, ਬਾਕੀ ਫੈਸਲੇ ਜਿਹੜੇ ਉਹ ਪਰਿਵਾਰਾਂ ਦੇ ਪਾਰਟੀਆਂ ਦੇ ਹੀ ਆਉਂਦੇ ਆ। ਸਾਡੀਆਂ ਸੰਸਥਾਵਾਂ ਜਿਹੜੀਆਂ, ਸਿੱਖ ਵੀ ਅਵੇਸਲੇ ਇਸ ਪਾਸੇ ਧਿਆਨ ਨਹੀਂ ਦੇ ਰਹੇ ਜੀ, ਸਾਨੂੰ ਚਾਹੀਦਾ ਇਸ ਪਾਸੇ ਧਿਆਨ ਦੇ ਕੇ ਇਕਜੁੱਟਤਾ ਦੇ ਨਾਲ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਸਾਡੀਆਂ ਸ਼੍ਰੋਮਣੀ ਸੰਸਥਾਵਾਂ, ਸਾਡੇ ਤਖ਼ਤ ਸਾਹਿਬਾਨ ਇਸ ਸਿਆਸਤ ਤੋਂ ਜਿਹੜਾ ਮੁਕਤ ਹੋ ਸਕਣ, ਅਤੇ ਜਥੇਦਾਰ ਸਾਹਿਬਾਨ ਜਿਹੜੇ ਆ, ਜਦੋਂ ਉਹਨਾਂ ਨੂੰ ਆਪਣਾ ਫਿਕਰ ਨਹੀਂ ਹੋਊਗਾ, ਨਾ ਆਪਣੀ ਉਪਜੀਵਿਕਾ ਦਾ, ਨਾ ਅਪੁਆਇੰਟਮੈਂਟ ਦਾ, ਅਤੇ ਨਾ ਰਿਟਾਇਰਮੈਂਟ ਦਾ, ਉਹਨਾਂ ਦਾ ਕੋਈ ਵਿਧੀ ਵਿਧਾਨ ਵਧੀਆ ਹੋਊਗਾ ਕੌਮ ਵੱਲੋਂ, ਪੰਥ ਵੱਲੋਂ ਪ੍ਰਵਾਨਿਤ, ਅਤੇ ਉਹ ਫਿਰ ਪੰਥ ਲਈ, ਕੌਮ ਲਈ ਕੰਮ ਕਰਨਗੇ। ਹੁਣ ਜਥੇਦਾਰ ਅਪੁਆਇੰਟ ਸਿਆਸੀ ਪਾਰਟੀ ਜਾਂ ਪਰਿਵਾਰ ਨੇ ਕਰਨੇ ਆ ਅਤੇ ਹਟਾਉਣਾ ਵੀ ਉਹਨਾਂ ਨੇ ਜੀ, ਤਾਂ ਫਿਰ ਉਹ ਇਸ ਕਾਰਨ ਕਰਕੇ ਆਜ਼ਾਦ ਤੌਰ 'ਤੇ ਕੰਮ ਨਹੀਂ ਕਰ ਸਕਦੇ। ਸਾਡਾ ਦੁਖਾਂਤ ਆ, ਮੈਂ ਸਮਝਦਾ ਕੋਈ ਪੰਥ ਦਾ ਇਹ ਏਜੰਡਾ ਬਣ ਹੀ ਨਹੀਂ ਸਕਿਆ ਸੀ। ਸਰਬੱਤ ਖਾਲਸਾ ਵੇਲੇ ਯਤਨ ਕੀਤਾ ਜੀ, ਪਰ ਉਹ ਬਾਅਦ 'ਚ ਸਰਕਾਰ ਨੇ ਇੰਨਾ ਜ਼ਬਰ ਜ਼ੁਲਮ ਸਾਨੂੰ ਵੀ ਜਿਹੜਾ ਸੀਗਾ ਉਹ ਸਰਬੱਤ ਖਾਲਸਾ ਹੀ ਨਹੀਂ ਸੀ ਕਰਨ ਦਿੱਤਾ ਜੀ, ਫਿਰ ਸਾਨੂੰ ਇੱਥੋਂ ਪੰਜਾਬ 'ਚੋਂ ਜਿਹੜਾ ਪਾਸੇ ਜਾ ਬੁੱਢਾ ਜੋੜ ਦੀ ਧਰਤੀ 'ਤੇ ਜਾ ਕੇ ਪੰਥ ਇਕੱਠ ਕਰਨਾ ਪਿਆ ਜੀ, ਜਿਹੜਾ ਪੰਜਾਬ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਰੱਖਿਆ ਸੀ 2016 'ਚ ਸਰਬੱਤ ਖਾਲਸਾ, ਜਿਹਦੇ 'ਚ ਸਾਰਾ ਵਿਧੀ ਵਿਧਾਨ ਦੇਣਾ ਸੀਗਾ, ਕਿਉਂਕਿ 2015 'ਚ ਸਾਨੂੰ ਅਪੁਆਇੰਟ ਕੀਤਾ ਗਿਆ, 2016 ਦਾ ਜਿਹੜਾ ਸੀ ਸਰਬੱਤ ਖਾਲਸਾ ਉਹਦੇ 'ਚ ਸਾਰੇ ਮਸਲੇ ਜਿਹੜੇ ਸੀ, ਕਿਉਂਕਿ ਕਈ ਏਜੰਡੇ ਬਣ ਕੇ ਸਾਡੇ ਕੋਲ ਜਿਹੜਾ ਉਹ ਆਏ ਹੋਏ ਸੀਗੇ। ਸੋ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਅਸੀਂ ਜਿਹੜਾ ਵਾ ਉਹ ਕਰ ਨਹੀਂ ਪਾ ਰਹੇ, ਵਿਧੀ ਵਿਧਾਨ ਨਾ ਹੋਣ ਕਰਕੇ ਸਾਰਾ ਕੁਛ ਹੋ ਰਿਹਾ ਵਾ। ਦਦੂਵਾਲ ਸਾਹਿਬ, ਆਪਾਂ ਗੱਲ ਕਰ ਰਹੇ ਸੀ ਇੱਕ ਸਿਸਟਮ ਦੀ, ਕਿ ਜਿਹੜਾ ਪੰਥ ਦੇ ਵਿੱਚ ਇੱਕ ਪੰਚ ਪ੍ਰਧਾਨੀ ਸਿਸਟਮ ਸੀ, ਇੱਕ ਗੁਰੂ ਸਾਹਿਬ ਵੱਲੋਂ ਜਿਹੜਾ ਚਲਾਇਆ ਗਿਆ ਇਹ ਸਿਸਟਮ ਸੀ ਪੰਚ ਪ੍ਰਧਾਨੀ, ਵੀ ਅਸੀਂ ਮਿਲ ਬੈਠ ਕੇ, ਰਲ ਬੈਠ ਕੇ ਇੱਕ ਸਰਬੱਤ ਖਾਲਸਾ ਸੱਦੇ ਸੀ, ਜਿਸ ਦੇ ਵਿੱਚ ਜਥੇਦਾਰਾਂ ਦੀ ਨਿਯੁਕਤੀ
ਜਿਹੜੀ ਹੈ ਸਰਬੱਤ ਖਾਲਸਾ ਕਰਦਾ ਸੀ, ਨਾ ਕਿ ਇੱਕ ਪੋਲੀਟੀਕਲ ਸਿਸਟਮ ਕਰਦਾ ਸੀ। ਸੰਸਥਾਵਾਂ ਸਿਆਸਤ ਤੋਂ ਮੁਕਤ ਹੋਣ ਜੀ ਤਾਂ ਫਿਰ ਇੰਡੀਪੈਂਡੈਂਟ ਤੌਰ 'ਤੇ ਉਹ ਪੰਥ ਦਾ ਕੰਮ ਕਰ ਸਕਦੀਆਂ ਆਜ਼ਾਦਾਨਾ ਤੌਰ 'ਤੇ। ਹੁਣ ਜਿਹੜੇ ਹਾਲਾਤ ਇਸੇ ਕਰਕੇ ਨਹੀਂ ਕੰਮ ਕਰ ਪਾ ਰਹੇ, ਜਥੇਦਾਰ ਆ ਚਾਹੇ ਕੋਈ ਸੰਸਥਾਵਾਂ, ਉਹਨਾਂ 'ਤੇ ਸਿਆਸਤ ਭਾਰੂਗਾ। ਸਿਆਸਤ ਸਿੱਖ ਸਿਆਸਤ ਦੀ ਗੱਲ ਤਾਂ ਛੱਡੀਏ ਜਾਂ ਸਿੱਖ ਪਰਿਵਾਰ, ਗੈਰ ਸਿੱਖ ਵੀ ਸਾਡੀਆਂ ਇਹਨਾਂ ਸੰਸਥਾਵਾਂ 'ਤੇ ਕਾਬਜ਼ ਹੋ ਰਹੇ ਆ ਹੁਣ ਜੀ। ਉਹਨਾਂ ਨੂੰ ਇਹ ਵੇਖ ਲਿਆ ਕਿ ਇਹ ਜਿਹੜੀਆਂ ਸੰਸਥਾਵਾਂ ਨੇ ਇੱਥੋਂ ਧਰਮ ਦੀ ਗੱਲ, ਕੌਮ ਦੀ ਗੱਲ ਜਿਹੜੀ ਆ ਹੁੰਦੀ ਆ, ਜਾਂ ਇਹਨਾਂ ਗੁਰਦੁਆਰਿਆਂ ਦੇ ਵਿੱਚੋਂ ਗੁਰਦੁਆਰਾ ਕਮੇਟੀਆਂ ਵੱਡਾ ਰੋਲ ਅਦਾ ਕਰਦੀਆਂ ਨੇ, ਅਤੇ ਉਹਨਾਂ ਦੀ ਵੀ ਨਿਗਾਹ ਇਹਨਾਂ ਦੇ ਉੱਪਰ ਆ। ਉਹ ਵੀ ਇਹਨਾਂ ਨੂੰ ਖੱਖਰ ਪੱਖਰ ਕਰਨਾ ਚਾਹੁੰਦੇ। ਉੱਥੇ ਸਾਨੂੰ ਏਕਤਾ, ਚਾਹੇ ਉਹ ਪੰਜਾਬ ਦੀ ਗੱਲ ਆ, ਹਰਿਆਣੇ ਦੀ ਗੱਲ, ਦਿੱਲੀ ਦੀ ਗੱਲ ਆ, ਚਾਹੇ ਪੂਰੇ ਭਾਰਤ ਦੀ ਗੱਲ ਆ, ਚਾਹੇ ਵਿਦੇਸ਼ਾਂ ਦੀ ਗੱਲ ਆ, ਸਾਨੂੰ ਇਸ ਪਾਸੇ ਧਿਆਨ ਜਿਹੜਾ ਦੇਣਾ ਚਾਹੀਦਾ ਵੀ ਸਾਡੀਆਂ ਸੰਸਥਾਵਾਂ ਗੁਰਮਰਿਆਦਾ ਅਨੁਸਾਰ, ਸਿੱਖੀ ਅਨੁਸਾਰ ਕੰਮ ਕਰਨ, ਜਿਸ ਚੀਜ਼ ਦੀ ਪੰਥ ਨੂੰ, ਕੌਮ ਨੂੰ, ਸਮਾਜ ਨੂੰ ਲੋੜ ਆ। ਇੱਕ ਗੱਲ ਇਹ ਵੀ ਦੇਖਣ ਨੂੰ ਮਿਲਦੀ ਹੈ ਜਿਹੜਾ ਪਿਛਲੇ ਸਮੇਂ 'ਚ ਹੋਇਆ, ਜਿਵੇਂ ਤੁਸੀਂ ਸਾਰੇ ਸੰਸਾਰ ਦੇ ਵਿੱਚ ਗੁਰਸਿੱਖੀ ਦੇ, ਗੁਰਮਤ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿੱਥੇ ਜਿੱਥੇ ਵੀ ਤੁਸੀਂ ਜਾਂਦੇ ਹੋ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆਪ ਜੀ ਨੂੰ ਸੁਣਨਾ ਚਾਹੁੰਦੀ ਆ, ਸਿੱਖੀ ਨਾਲ ਜੁੜਨਾ ਚਾਹੁੰਦੀ ਹੈ, ਜਿਸ ਪ੍ਰੇਮ, ਜਿਸ ਸਿਸਟਮ ਨਾਲ ਤੁਸੀਂ ਕਰ ਰਹੇ, ਐਵੇਂ ਹੀ ਕੁਝ ਹੋਰ ਸ਼ਖਸੀਅਤਾਂ ਨੇ ਵੀ ਸਿੱਖੀ ਪ੍ਰਚਾਰ ਪ੍ਰਸਾਰ ਵਾਸਤੇ ਪੰਜਾਬ 'ਚ ਮੁਹਿੰਮਾਂ ਸ਼ੁਰੂ ਕੀਤੀਆਂ, ਜਿਨ੍ਹਾਂ ਨੂੰ ਪੰਜਾਬ ਤੋਂ ਬਾਹਰ ਦੂਰ ਦੁਰਾਡੇ ਜੇਲ੍ਹਾਂ 'ਚ ਵੀ ਭੇਜ ਦਿੱਤਾ ਗਿਆ, ਜਾਂ ਤੁਸੀਂ ਵੀ ਕੰਮ ਕਰਨ ਦਾ ਢੰਗ, ਤੁਸੀਂ ਜਿਹੜਾ ਪ੍ਰਚਾਰ ਕਰਨ ਦਾ ਢੰਗ ਹੈ ਤੁਹਾਡੇ ਅਨੁਸਾਰ, ਵੀ ਜਿਹੜੇ ਹੋਰ ਸਿੱਖੀ ਲਈ ਪ੍ਰਚਾਰ ਕਰ ਰਹੇ ਨੇ, ਕੀ ਜਿਹੜਾ ਰਵੱਈਆ ਜਾਂ ਜਿਹੜਾ ਰਸਤਾ ਉਹਨਾਂ ਨੇ ਲੱਭਿਆ ਜਾਂ ਜਿਹੜਾ ਸ਼ੁਰੂ ਕੀਤਾ ਸੀ, ਕੀ ਉਹ ਠੀਕ ਸੀ? ਹਰੇਕ ਦਾ ਆਪੋ ਆਪਣਾ ਰਸਤਾ, ਆਪੋ ਆਪਣੀ ਵਿਚਾਰਧਾਰਾ ਵਾ। ਮਹਾਰਾਜ ਨੇ ਵੀ ਜੇ ਵਾਹਿਗੁਰੂ ਦਾ ਕਥਨ ਕਰਨ ਦੀ ਗੱਲ ਕੀਤੀ ਆ, ਤਾਂ ਅਸੀਂ 24 ਸਾਹਿਬ 'ਚ ਪੜ੍ਹਦੇ ਹਾਂ ਕਿ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਦੇਤੀ। ਜਿੰਨੀ ਜਿੰਨੀ ਕਿਸੇ ਦੀ ਬੁੱਧ ਆ, ਮਤ ਆ, ਉਸ ਤਰ੍ਹਾਂ ਹੀ ਉਹ ਪਰਮਾਤਮਾ ਬਾਰੇ ਵਿਖਿਆਣ ਕਰਦਾ। ਇਸੇ ਤਰ੍ਹਾਂ ਪ੍ਰਚਾਰ ਪ੍ਰਸਾਰ, ਸਾਡੇ ਕੌਮ ਵੱਡੀ ਆ, ਪੰਥ ਵੱਡਾ ਸਾਡਾ, ਗੁਰੂ ਦੀ ਮਰਿਆਦਾ ਵੱਡੀ ਆ, ਅਤੇ ਇਸ ਦੇ ਉੱਤੇ ਆਪੋ ਆਪਣੇ ਤਰੀਕੇ ਨਾਲ ਜਿੰਨਾ ਜਿੰਨਾ ਕਿਸੇ ਨੂੰ ਗਿਆਨ ਆ, ਜਿੰਨੀ ਵਿੱਦਿਆ, ਜਿੰਨਾ ਕਿਸੇ ਨੇ ਇਹ ਹਾਸਲ ਕੀਤਾ, ਉਸ ਤਰੀਕੇ ਦੇ ਨਾਲ ਪ੍ਰਚਾਰ, ਕੋਈ ਕਿਸ ਮੁੱਦੇ 'ਤੇ, ਕੋਈ ਕਿਸ ਤਰੀਕੇ ਦੇ ਨਾਲ। ਅਤੇ ਸਾਡੇ 'ਤੇ ਗੁਰੂ ਸਾਹਿਬ ਦੀ ਕਿਰਪਾ, ਮੈਂ ਸਮਝਦਾ ਕਿ ਅਸੀਂ ਧਰਮ ਪ੍ਰਚਾਰ ਪ੍ਰਸਾਰ, ਅੰਮ੍ਰਿਤ ਸੰਚਾਰ, ਵੱਖ ਵੱਖ ਥਾਵਾਂ 'ਤੇ ਜੋ ਗੁਰੂ ਪੰਥ ਤੋਂ ਪਾਸੇ ਸੀ, ਜੋ ਗੁਰੂ ਪੰਥ ਦੇ ਵਿੱਚ ਦਖਲ ਦਿੰਦੇ ਸੀ, ਉਹਨਾਂ ਦੇ ਖਿਲਾਫ਼ ਪ੍ਰਚਾਰ ਪ੍ਰਸਾਰ ਕੀਤਾ, ਪੰਥਕ ਮੁੱਦਿਆਂ 'ਤੇ ਸੰਘਰਸ਼ ਕੀਤਾ, ਹਰੇਕ ਦਾ ਆਪੋ ਆਪਣਾ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਵੀ ਜੇਲ੍ਹਾਂ 'ਚ, ਸਾਨੂੰ ਬੜੀਆਂ ਜੇਲ੍ਹਾਂ ਦੇਖਣੀਆਂ ਪਈਆਂ, ਬੜੇ ਮੁਕੱਦਮੇ ਦੇਖਣੇ ਪਏ, ਬੜਾ ਕੁਛ ਅਸੀਂ ਝੱਲਿਆ ਵਾ ਅਤੇ ਬਹੁਤ ਕੁਛ ਦੇਖਿਆ ਵਾ, ਪਰ ਅਸੀਂ ਸਮਝਦੇ ਹਾਂ ਕਿ ਸਮੇਂ ਦੀਆਂ ਸਰਕਾਰਾਂ ਇਸ ਗੱਲ 'ਤੇ ਜ਼ਬਰ ਜ਼ੁਲਮ ਕਰਦੀਆਂ। ਚਾਹੇ ਕਿਸੇ ਦੀ ਵੀ ਗੱਲ, ਜਿਹੜਾ ਕੋਈ ਗੁਰੂ ਬਾਣੀ ਦੀ, ਗੁਰਮਤਿ ਪ੍ਰਚਾਰ ਪ੍ਰਸਾਰ ਦੀ ਗੱਲ ਕਰਦਾ, ਨਜਾਇਜ਼ ਝੂਠੇ ਕੇਸ ਪਾ ਕੇ ਪੰਜਾਬ ਵਿੱਚ ਜਾਂ ਪੰਜਾਬੋਂ ਬਾਹਰ ਜੇਲ੍ਹਾਂ 'ਚ ਬੰਦ ਕਰਨਾ, ਮੈਂ ਇਸ ਗੱਲ 'ਤੇ ਬਿਲਕੁਲ ਸਖ਼ਤ ਨਿਖੇਧੀ ਕਰਦਾ ਵੀ ਸਰਕਾਰਾਂ ਨੂੰ ਇਸ ਗੱਲ ਤੋਂ ਗੁਰੇਜ਼ ਕਰਨੀ ਚਾਹੀਦੀ ਆ। ਉਹ ਅਕਾਲੀ ਦਲ ਦੀ ਜੋ ਸਰਕਾਰ ਸੀ ਜਦੋਂ, ਉਦੋਂ ਤੁਹਾਡੇ 'ਤੇ ਵੀ ਬੜੇ ਕੇਸ ਬਣੇ। ਅੱਜ ਉਹੀ ਸਰਕਾਰ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਹੀ ਹੈ, ਅਤੇ ਦੂਜੇ ਪਾਸੇ ਤੁਸੀਂ ਹਰਿਆਣਾ ਦੇ ਸਰਕਾਰ ਦੇ ਵਿੱਚ ਦੁਆਰਾ ਜਿਹੜੀ ਬਣਾਈ ਗਈ ਕਮੇਟੀ, ਉਹਦੇ ਸੀਨੀਅਰ ਮੈਂਬਰ ਵੀ ਹੋ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਇਹ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਆ ਜੀ, ਪੰਜਾਬ ਬਚਾਓ, ਪੰਜਾਬ ਨੂੰ ਉਜਾੜਿਆ ਕਿਹਨੇ ਆ ਪਹਿਲਾਂ ਤਾਂ ਇਹ ਦੱਸ ਦਿਓ। 10 ਸਾਲ ਲਗਾਤਾਰ ਰਾਜ ਰਿਹਾ, ਲੈਂਡ ਮਾਫੀਆ, ਸੈਂਡ ਮਾਫੀਆ, ਕੇਬਲ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ, ਕਿੰਨੇ ਮਾਫੀਆ ਉਜਾੜਿਆ ਕਿੰਨੇ ਪਹਿਲਾਂ ਤਾਂ ਇਹ ਦੱਸੋ। ਤਾਂ ਮੈਂ ਤਾਂ ਇਸ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਪੰਜਾਬ ਬਚਾਓ ਯਾਤਰਾ ਨਹੀਂ, ਇਹ ਤਾਂ ਬਾਦਲ ਬਚਾਓ ਯਾਤਰਾ ਵਾ।
ਇਹ ਤਾਂ ਆਪਣਾ ਪਰਿਵਾਰ ਬਚਾਓ ਯਾਤਰਾ ਉਹਨਾਂ ਨੇ ਸ਼ੁਰੂ ਕੀਤੀ ਹੈ ਕਿ ਅੱਜ ਜਿਹੜੇ ਹਾਲਾਤ ਆ ਉਹਨਾਂ ਨੇ ਪੰਥ ਪੰਜਾਬ ਨਾਲ ਧਰੋਹ ਕਮਾਇਆ, ਹਾਸ਼ੀਏ 'ਤੇ ਚਲੇ ਗਏ, 3 ਸੀਟਾਂ 'ਤੇ ਆ ਗਏ। ਅੱਜ ਹਾਲਾਤ ਕੀ ਆ ਉਹਨਾਂ ਦੇ ਗਾਂਹ, ਪਾਰਲੀਮੈਂਟ ਕੋਈ ਜਿੱਤਦੇ ਉਹਨਾਂ ਪਾਰਲੀਮੈਂਟ ਜਿੱਤਦੇ ਨਹੀਂ ਦਿਸਦੇ, ਕਾਰਨ ਜੋ ਉਹਨਾਂ ਨੇ ਕੁਛ ਪੰਥ 'ਤੇ ਪੰਜਾਬ ਨਾਲ ਕੀਤਾ। ਹਰਿਆਣੇ ਦੀ ਗੱਲ ਆ, ਹਰਿਆਣੇ 2014 'ਚ ਕਮੇਟੀ ਬਣੀ ਸੀ, ਸਰਕਾਰ ਨੇ ਜਿਹੜੇ ਜੋ ਐਕਟ ਅਨੁਸਾਰ ਨੋਮੀਨੇ 18 ਮਹੀਨਿਆਂ ਵਾਸਤੇ ਮੈਂਬਰ ਕਰਨੇ, ਮੈਨੂੰ ਵੀ ਕੀਤਾ ਸੀ ਉੱਥੇ ਹਰਿਆਣੇ, ਉਦੋਂ ਕਾਂਗਰਸ ਦੀ ਸਰਕਾਰ ਸੀਗੀ ਜਿਹੜੇ ਮੈਂਬਰ ਨੋਮੀਨੇਟ ਕੀਤੇ। ਬਾਅਦ ਵਿੱਚ ਤਕਰੀਬਨ ਮੈਂ ਐਗਜ਼ੈਕਟਿਵ ਮੈਂਬਰ ਰਿਹਾ 6 ਸਾਲ, ਉਸ ਤੋਂ ਬਾਅਦ ਜਨਰਲ ਹਾਊਸ ਨੇ ਮੈਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾ ਦਿੱਤਾ, ਮੈਂ ਫਿਰ ਇਲੈਕਸ਼ਨ ਕਰਾਈ, ਮੈਨੂੰ ਵੋਟਾਂ ਦੇ ਬਹੁਮਤ ਨਾਲ ਬਣਾ ਦਿੱਤਾ। ਜਦੋਂ ਅਸੀਂ ਕੇਸ ਲੜਿਆ ਸੁਪਰੀਮ ਕੋਰਟ, ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਹੋਇਆ ਸੀਗਾ, ਅਸੀਂ ਕੋਰਟ ਨਹੀਂ ਗਏ, ਸ਼੍ਰੋਮਣੀ ਕਮੇਟੀ ਗਏ, ਪਰ ਅਸੀਂ ਕੇਸ ਲੜਿਆ, ਬੜੀ ਫਾਈਟ ਮੈਂ ਦਿੱਤੀ 2 ਸਾਲਾਂ ਦੇ ਵਿੱਚ, ਵਾਹਿਗੁਰੂ ਦੀ ਕਿਰਪਾ ਨਾਲ ਕੇਸ ਜਿੱਤ ਲਿਆ। ਜਦੋਂ ਕੇਸ ਜਿੱਤ ਲਿਆ ਅਤੇ ਬਾਅਦ ਵਿੱਚ ਜਿਹੜਾ ਸੀ ਸਰਕਾਰ ਨੇ ਨਵੇਂ ਸਿਰੇ ਤੋਂ ਅਡਹੋਕ, ਕਿਉਂਕਿ ਪਹਿਲੀ ਅਡਹੋਕ 18 ਮਹੀਨਿਆਂ ਲਈ ਬਣੀ, 8 ਸਾਲ ਕੰਮ ਕਰਦੀ ਰਹੀ ਜੀ, ਫਿਰ ਬੀਜੇਪੀ ਸਰਕਾਰ ਨੇ ਜਿਹੜੀ ਸੀ ਨਵੀਂ ਬਣਾਈ, ਨਵੀਂ 38 ਮੈਂਬਰ ਹੀ ਬਣਾਈ, 41 ਮੈਂਬਰ ਹੀ ਬਣਾਉਣੀ ਸੀ ਪਰ 38 ਬਣਾਈ, ਉਹਦੇ 'ਚ ਮੈਨੂੰ ਵੀ ਮੈਂਬਰ ਬਣਾਇਆ ਗਿਆ ਸੀਗਾ। ਔਰ ਜਿਸ ਵੇਲੇ ਨਵੀਂ ਐਗਜ਼ੈਕਟਿਵ ਬਣਨੀ ਸੀ ਉਸ ਤੋਂ ਪਹਿਲਾਂ ਫਿਰ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀਗਾ ਜੀ, ਕਿਉਂਕਿ ਨਵੀਂ ਐਗਜ਼ੈਕਟਿਵ ਬਣਨੀ ਸੀ ਅਤੇ ਨਵੀਂ ਜਿਹੜੀ ਬਣੀ ਉਹਦੇ ਵਿੱਚ ਬੀਜੇਪੀ ਨੇ ਆਪਣੇ ਜਿਹੜੇ ਮੈਂਬਰ ਸੀਗੇ ਉਹ ਐਗਜ਼ੈਕਟਿਵ ਜਿਹੜੀ ਉਹ ਨੋਮੀਨੇਟ ਕੀਤੀ, ਉਹਨਾਂ ਨੇ ਉਹ ਐਗਜ਼ੈਕਟਿਵ ਕੰਮ ਕੀਤਾ, ਉਹ ਕਰ ਨਹੀਂ ਸਕਿਆ, ਇੱਕ ਮਹੰਤ ਬਣਾ ਦਿੱਤਾ, ਉਹ 5-7 ਮਹੀਨੇ ਉਹਨੇ ਖਰਾਬ ਕੀਤੇ, ਹੁਣ ਉਸ ਤੋਂ ਬਾਅਦ ਇੱਕ ਜਿਹੜਾ ਟੈਂਪਰੇਰੀ ਚਾਰਜ ਦੇ ਦਿੱਤਾ ਜਿਹੜਾ ਕਿ ਬਣਦਾ ਨਹੀਂ ਸੀ, ਜਨਰਲ ਹਾਊਸ ਨੇ ਅਹੁਦੇ ਦੇਣੇ ਸੀਗੇ ਜੀ। ਸਰਕਾਰ ਦੇ ਕੁਛ ਹੱਥ ਵਿੱਚ ਜਿਹੜੀ ਤਾਕਤ ਆ ਉਹ ਕੁਛ ਹੱਦ ਤੱਕ ਆ, ਕੁਛ ਜ਼ਿੰਮੇਵਾਰੀਆਂ ਸਰਕਾਰ ਦੀਆਂ ਨੇ, ਕੁਛ ਜ਼ਿੰਮੇਵਾਰੀਆਂ ਜਨਰਲ ਹਾਊਸ ਦੀਆਂ ਮੈਂਬਰਾਂ ਦੀਆਂ ਹੁੰਦੀਆਂ। ਜਿਵੇਂ ਹਰਿਆਣਾ ਸਰਕਾਰ ਨੇ ਵਾਰਡਬੰਦੀ ਕਰਾਉਣੀ, ਵੋਟਾਂ ਬਣਾਉਣੀਆਂ, ਇਲੈਕਸ਼ਨ ਕਰਾਉਣੀ ਜੀ, ਅਤੇ ਐਡਹੋਕ ਕਮੇਟੀ ਬਣਾਉਣੀ, ਇਹ ਉਹਨਾਂ ਦਾ ਅਧਿਕਾਰ ਖੇਤਰ ਸੀ ਜੀ। ਪਰ ਗਾਂਹ ਜਿਹੜੀ ਐਗਜ਼ੈਕਟਿਵ ਬਣਾਉਣੀ ਆ ਕਿਸੇ ਨੂੰ ਪ੍ਰਧਾਨ ਜਨਰਲ ਸਕੱਤਰ, ਇਹ ਜਨਰਲ ਹਾਊਸ ਦੀ ਜ਼ਿੰਮੇਵਾਰੀ ਆ। ਪਰ ਅੱਜ ਜਨਰਲ ਹਾਊਸ ਹੈ ਹੀ ਨਹੀਂ ਸਾਡੇ ਹਰਿਆਣੇ ਦੇ ਵਿੱਚ, ਜਨਰਲ ਹਾਊਸ ਦੀ ਕਦੇ ਮੀਟਿੰਗ ਹੀ ਨਹੀਂ ਆ, ਜਿਹੜੀ ਐਗਜ਼ੈਕਟਿਵ ਆ ਉਹਦੀ 2-2.5-3 ਮਹੀਨੇ ਮੀਟਿੰਗ ਨਹੀਂ ਹੁੰਦੀ, ਆ ਹੁਣ 2.5 ਮਹੀਨੇ ਮੀਟਿੰਗ ਨਹੀਂ ਹੋਈ, ਜਦੋਂ ਕਿ ਮੈਂ 2-2.5 ਸਾਲ ਪ੍ਰਧਾਨ ਰਿਹਾ, ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਮੀਟਿੰਗ ਹੁੰਦੀ ਸੀਗੀ, ਅੱਜ ਵੀ ਰਿਕਾਰਡ ਰਜਿਸਟਰ ਚੱਕ ਕੇ ਦੇਖ ਲਓ। ਔਰ ਇਸ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਇਹ ਜਿਹੜਾ ਹੈਗਾ ਹਰਿਆਣਾ ਕਮੇਟੀ ਹੈ ਉਹ ਇੱਕ ਬਤੌਰ ਮੈਂਬਰ ਮੈਂ ਸੇਵਾ ਕਰ ਰਿਹਾ, ਬਤੌਰ ਮੈਂਬਰ ਮੈਂ ਆਪਣਾ ਜਿਹੜਾ ਧਰਮ ਪ੍ਰਚਾਰ ਪ੍ਰਸਾਰ ਮੈਂ ਕਦੇ ਪ੍ਰਬੰਧ 'ਚ ਦਖਲ ਨਹੀਂ ਦਿੱਤਾ ਜੀ, ਪਰ ਜਿਹੜੀਆਂ ਮੈਂ ਦੇਖ ਰਿਹਾ ਵਾਂ ਜਿਸ ਤਰੀਕੇ ਨਾਲ ਦਖਲਅੰਦਾਜ਼ੀ ਕਰਕੇ ਜਿਹੜੇ ਮੈਂਬਰ ਸਾਹਿਬਾਨ ਆ ਉਹਨਾਂ 'ਚ ਵੀ ਜਿਹੜੇ ਪੰਥ ਦਰਦੀ ਮੈਂਬਰ ਆ ਉਹ ਇਸ ਗੱਲ ਤੋਂ ਪਰੇਸ਼ਾਨ ਆ, ਉਹ ਸੋਚ ਰਹੇ ਅਸੀਂ ਸਰਕਾਰ ਨੂੰ ਕਿਹਾ ਇਲੈਕਸ਼ਨ ਕਰਾਓ ਤੁਸੀਂ, ਇਲੈਕਸ਼ਨ ਨਹੀਂ ਹੋ ਰਹੀ, ਵੋਟਾਂ ਬਣਾਓ, ਵੋਟਾਂ ਵੀ ਜਿਹੜੀਆਂ ਨੇ ਉਹ ਗਲਤ ਵੋਟਾਂ ਬਹੁਤ ਸਾਰੀਆਂ ਬਣੀਆਂ, ਇਤਰਾਜ਼ ਵੀ ਲਾਏ ਪਰ ਹੁਣ ਕਿੰਨੀਆਂ ਕਦੇ ਲਾਏ ਜਾ ਸਕਦੇ ਆ, ਕਲੀਨ ਸੇਵ ਲੋਕਾਂ ਦੀਆਂ ਵੋਟਾਂ ਬਣਾਤੀਆਂ, ਡੇਰੇ ਸਰਸੇ ਦੇ ਪੈਰੋਕਾਰਾਂ ਦੀਆਂ ਵੋਟਾਂ ਬਣਾਤੀਆਂ ਜੀ। ਸੋ ਇਸ ਤਰੀਕੇ ਦੇ ਨਾਲ ਕਾਫ਼ੀ ਦਖਲਅੰਦਾਜ਼ੀ, ਮੈਂ ਪਹਿਲਾਂ ਕਿਹਾ ਜੇ ਜਿਹੜਾ ਕੰਮ ਧਾਰਮਿਕ ਉਹ ਧਾਰਮਿਕ ਲੋਕਾਂ ਨੂੰ, ਸਰਕਾਰ ਚਾਹੇ ਬੀਜੇਪੀ ਦੀ ਹੋਵੇ, ਚਾਹੇ ਅਕਾਲੀ ਦਲ, ਚਾਹੇ ਕਾਂਗਰਸ, ਚਾਹੇ ਆਮ ਪਾਰਟੀ ਦੀ, ਸਰਕਾਰੀ ਦਖਲਅੰਦਾਜ਼ੀ ਸਾਡੀਆਂ ਸੰਸਥਾਵਾਂ 'ਚ ਨਹੀਂ ਹੋਣੀ ਚਾਹੀਦੀ। ਜਦੋਂ ਸਰਕਾਰੀ ਦਖਲਅੰਦਾਜ਼ੀ ਆਊਗੀ ਤਾਂ ਸੰਸਥਾਵਾਂ ਕੰਮ ਨਹੀਂ ਕਰ ਸਕਦੀਆਂ, ਜਿਵੇਂ ਸਾਡੀ ਹੁਣ ਹਰਿਆਣਾ ਕਮੇਟੀ ਵੀ ਨਹੀਂ ਕਰ ਪਾ ਰਹੀ। ਮੈਂ ਉਸੇ ਸਵਾਲ 'ਤੇ ਆ ਰਿਹਾ ਸੀ ਵੀ ਪਿਛਲੇ ਦਿਨ ਹੀ ਹਰਿਆਣਾ ਦੇ ਮਾਨਯੋਗ CM ਮਨੋਹਰ ਲਾਲ ਜੀ ਨੇ ਸਿੱਖਾਂ ਦੇ ਨਾਲ ਆਪਣੀ ਸਾਂਝ ਦੀ ਇੱਕ ਕਿਤਾਬ ਰਿਲੀਜ਼ ਸਮਾਰੋਹ ਹੋਇਆ ਸੀ ਕੁਰਕਸ਼ੇਤਰ ਦੇ ਵਿੱਚ, ਉੱਥੇ ਉਹਨਾਂ ਨੇ ਕਿਹਾ ਵੀ ਹਰਿਆਣਾ ਸਰਕਾਰ ਦਾ ਕੋਈ ਦਖਲਅੰਦਾਜ਼ੀ ਨਹੀਂ ਹੈਗੀ ਜਿਹੜੀ ਨਵੀਂ ਹਰਿਆਣਾ ਕਮੇਟੀ ਬਣੀ ਹੈ। ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਸਿੱਖ ਯਾਦਗਾਰਾਂ ਨੇ ਵੀ ਸਿੱਖਾਂ ਦੇ ਜਿੰਨੇ ਮੋਨੂਮੈਂਟਸ ਨੇ, ਹੋਰ ਯਾਦਗਾਰਾਂ ਨੇ, ਉਹ ਸਰਕਾਰ ਹਰਿਆਣਾ ਸਰਕਾਰ ਬਣਾਏਗੀ ਅਤੇ ਇਸ ਤੋਂ ਇਲਾਵਾ ਇੱਕ ਅਜਾਇਬ ਘਰ ਵੀ ਬਣਾਏਗੀ ਜਿੱਥੇ
ਜੋ ਵਸਤੂਆਂ ਯਾਦਗਾਰੀ ਵਸਤੂਆਂ ਹੈਗੀਆਂ ਹਨ ਸਿੱਖਾਂ ਦੀਆਂ ਉਹ ਉੱਥੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੀਆਂ ਜਾਣਗੀਆਂ, ਇਸ ਬਾਰੇ ਵੀ ਤੁਹਾਡਾ ਕੀ ਖਿਆਲ? ਨਹੀਂ, ਮੈਂ ਸਮਝਦਾ ਜਿਹੜੀ ਇਸ ਵੇਲੇ ਐਗਜ਼ੈਕਟਿਵ ਆ ਜਿਹਨਾਂ ਦੇ ਨਾਲ ਸਰਕਾਰ ਦਾ ਤਾਲਮੇਲ ਹੁੰਦਾ ਉਹ ਗੁਰਮਤ ਤੋਂ ਕੋਰੀ ਆ, ਨਾ ਪ੍ਰਧਾਨ ਨੂੰ ਪਤਾ, ਨਾ ਜਨਰਲ ਸਕੱਤਰ ਨੂੰ, ਨਾ ਦੂਜਿਆਂ ਨੂੰ ਇਸ ਬਾਰੇ ਗੁਰਮਤ ਮਰਿਆਦਾ ਦਾ ਹੀ ਨਹੀਂ ਪਤਾ। ਉਸ ਉਹਨਾਂ ਨੇ ਸਰਕਾਰ ਨੂੰ ਦੱਸਣਾ, ਸਰਕਾਰ ਸਿਆਸਤ ਪੋਲੀਟੀਕਲ ਤੌਰ 'ਤੇ ਉਹ ਬੜੇ ਕਾਮਲ ਹੋ ਸਕਦੇ, ਵਧੀਆ 10 ਸਾਲ ਦਾ ਰਾਜ ਮੁੱਖ ਮੰਤਰੀ ਸਾਹਿਬ ਨੇ ਆਪਣਾ ਕੀਤਾ, ਮੁਬਾਰਕ ਆ, ਸਿੱਖਾਂ ਨਾਲ ਸੰਬੰਧਾਂ ਦੀ ਬੁੱਕ ਉਹਨਾਂ ਨੇ ਰਿਲੀਜ਼ ਕੀਤੀ, ਮੁਬਾਰਕ ਆ, ਪਰ ਜਿਹੜੀਆਂ ਗੱਲਾਂ 'ਤੇ ਨਹੀਂ ਜਾਣਕਾਰੀ ਉਹ ਸਾਡਾ ਫਰਜ਼ ਬਣਦਾ, ਸਾਡੀ ਐਗਜੈਕਟਿਵ ਜਿਹੜੀ ਬੈਠਦੀ, ਮੈਂ ਤਾਂ ਉਸ ਸਮਾਗਮ 'ਚ ਨਹੀਂ ਸੀਗਾ ਜੀ, ਪਰ ਜਿਹੜੇ ਬੈਠੇ ਸੀਗੇ, ਪਰ ਮੈਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਕਿਉਂਕਿ ਮੈਂ ਵੀ ਮੁੱਖ ਸੇਵਾਦਾਰ ਰਿਹਾ ਕਿ ਏਡਾ ਵੱਡਾ ਸਮਾਗਮ ਹੋਵੇ ਅਤੇ ਉੱਥੇ ਕਮੇਟੀ ਦੇ ਪ੍ਰਧਾਨ ਨੂੰ ਬੋਲਣ ਦਾ ਹੀ ਸਮਾਂ ਨਾ ਦਿੱਤਾ ਗਿਆ ਹੋਵੇ, ਮੁੱਖ ਮੰਤਰੀ ਸਾਹਿਬ ਦਾ ਸਮਾਗਮ ਹੋਵੇ ਅਤੇ ਉਹਦੇ 'ਚ ਸਿੱਖਾਂ ਨਾਲ ਸੰਬੰਧਾਂ ਦਾ ਸਮਾਗਮ ਹੋਵੇ ਅਤੇ ਸਿੱਖ ਸੰਬੰਧਾਂ 'ਤੇ ਬੁੱਕ ਰਿਲੀਜ਼ ਹੋਣੀ ਹੋਵੇ ਅਤੇ ਉੱਥੇ ਸਿੱਖ ਸੰਸਥਾ ਦੇ ਪ੍ਰਧਾਨ ਨੂੰ ਸਮਾਂ ਹੀ ਨਾ ਦਿੱਤਾ ਗਿਆ ਹੋਵੇ ਬੋਲਣ ਦਾ, ਭਾਵੇਂ 100 ਬੁਲਾਰੇ ਹੋਰ ਬੁਲਾ ਦਿਉ, ਪਰ ਇੱਕ ਸਿੱਖ ਸੰਸਥਾ ਜਿਹੜੀ ਹਰਿਆਣੇ ਦੀ ਸੰਸਥਾ ਬਣਾਈ ਗਈ ਆ ਉਹਦੇ ਪ੍ਰਧਾਨ ਨੂੰ ਸਮਾਂ ਦਿੱਤਾ। ਹੁਣ ਇਹ ਮੁੱਖ ਮੰਤਰੀ ਸਾਹਿਬ ਨੇ ਤਾਂ ਕਹਿਣਾ ਨਹੀਂ, ਇਹ ਤਾਂ ਪ੍ਰਬੰਧਕਾਂ ਦਾ ਫਰਜ਼ ਸੀਗਾ, ਪ੍ਰਬੰਧਕਾਂ ਨੂੰ ਚਾਹੀਦਾ ਸੀਗਾ ਕਿ ਉਹ ਜਿਨ੍ਹਾਂ ਨੇ ਪ੍ਰਬੰਧ ਕੀਤਾ, ਜਿਹਨਾਂ ਔਰਗੇਨਾਈਜ਼ ਕੀਤਾ, ਉੱਥੇ ਪ੍ਰਧਾਨ ਨੂੰ ਬੁਲਾਇਆ ਜਾਂਦਾ। ਮੈਂ ਭਾਵੇਂ ਉਹਦੇ ਨਾਲ 100 ਮੇਰੇ ਗਿਲੇ ਸਿੱਖ ਵੇ ਹੋਣ, ਪਰ ਮੈਂ ਸਮਝਦਾ ਕਿ ਸੰਸਥਾ ਦੇ ਪ੍ਰਧਾਨ ਨੂੰ ਇਗਨੋਰ ਕਰਨਾ ਬੜੀ ਮਾੜੀ ਗੱਲ ਸੀਗੀ ਉਹ ਜਿਹੜੀ ਆ। ਦੂਸਰੀ ਗੱਲ, ਇਹ ਜਿਹੜੀਆਂ ਗੱਲਾਂ ਸਰਕਾਰ ਦੇ ਧਿਆਨ 'ਚ ਲਿਆਉਣੀਆਂ ਚਾਹੀਦੀਆਂ ਵਾ, ਸਰਕਾਰ ਦੀ ਦਖਲਅੰਦਾਜ਼ੀ ਜਿਹੜੀ ਆ ਉਹ ਸਰਕਾਰ ਨੇ ਦੇਖੋ ਹੁਣ ਟੈਂਪਰੇਰੀ ਚਾਰਜ ਦਿੱਤਾ, ਟੈਂਪਰੇਰੀ ਚਾਰਜ ਕਿਸੇ ਨੂੰ 10 ਦਿਨਾਂ ਦਾ 5 ਦਿਨਾਂ ਦਾ ਦਿੱਤਾ ਜਾ ਸਕਦਾ, ਹੁਣ 5-7 ਮਹੀਨੇ ਹੋ ਗਏ ਆ, ਪ੍ਰਧਾਨ ਵੀ ਟੈਂਪਰੇਰੀ, ਜਨਰਲ ਸਕੱਤਰ ਵੀ ਟੈਂਪਰੇਰੀ, ਜੋ ਆਪਣਾ ਕੰਮ ਹੀ ਨਹੀਂ ਕਰ ਪਾ ਰਹੇ ਉਹਨਾਂ ਨੂੰ 2-4 ਵਾਰ ਮੈਂ ਕਿਹਾ, ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਇਹ ਗੱਲਾਂ ਲਿਆਉਂਦੀਆਂ ਵੀ ਜਿਹੜਾ ਧਾਰਮਿਕ ਕੰਮ ਆ ਉਹ ਧਾਰਮਿਕ ਸੰਸਥਾ ਹੀ ਕਰੇ। ਪ੍ਰਧਾਨ ਨੂੰ ਕਹੀਦਾ, ਪ੍ਰਧਾਨ ਨੂੰ ਵੀ ਜਨਰਲ ਉਸਦ ਪ੍ਰਧਾਨ ਇੱਕੋ ਗੱਲ ਕਹਿੰਦਾ, ਜੋ ਮੈਨੂੰ MP ਕਰਨਾਲ ਸੰਜੇ ਭਾਟੀਆ ਕਹੂਗਾ ਜਾਂ ਜੋ ਮੈਨੂੰ CM ਕਹੂਗਾ ਮੈਂ ਤਾਂ ਫੇਰ ਕੰਮ ਕਰਨਾ। ਵੀ ਭਲਿਆ ਮਾਨਸਾ, ਹੁਣ CM ਨੇ ਸਰਕਾਰ ਚਲਾਉਣੀ ਆ ਕਿ ਤੇਰੀ ਕਮੇਟੀ ਚਲਾਉਣੀ ਆ, ਇਹਦਾ ਪ੍ਰਧਾਨ ਦਾ ਫਰਜ਼ ਬਣਦਾ ਵੀ ਤੂੰ ਜਨਰਲ ਉਸਦ, ਤੂੰ ਐਗਜੈਕਟਿਵ ਸੱਦ, ਤੂੰ ਇੱਥੇ ਜਿਹੜਾ ਕੰਮ ਸਿੱਖਾਂ ਦੇ ਕਰਨ ਵਾਲੇ ਉਹ ਕਰ ਜੀ। ਪਰ ਮੈਂ ਸਮਝਦਾ ਉਹ ਕਾਬਲੀਅਤ ਹੀ ਨਹੀਂ ਆ, ਜਿਸ ਕਾਰਨ ਕਰਕੇ ਸਾਰਾ ਕੁਛ ਹੋ ਰਿਹਾ ਵਾ। ਸਰਕਾਰ ਦੇ ਧਿਆਨ 'ਚ ਉਹਨਾਂ ਨੇ ਲਿਆਉਣਾ ਵੀ ਜਿਹੜੀਆਂ ਸਾਡੀਆਂ ਗੁਰੂਆਂ ਦੀਆਂ ਨਿਸ਼ਾਨੀਆਂ ਉਹ ਗੁਰਦੁਆਰਿਆਂ 'ਚ ਸਤਿਕਾਰ ਨਾਲ ਦਰਸ਼ਨ ਹੁੰਦੇ ਆ, ਉੱਥੇ ਉੱਥੇ ਸੁਭਾਏਮਾਨ ਆ, ਚਾਹੇ ਜਿੱਥੇ ਵੀ ਆ, ਚਾਹੇ ਉਹ ਲਖਨੌਰ ਸਾਹਿਬ ਆ, ਚਾਹੇ ਹੋਰ ਗੁਰਦੁਆਰਿਆਂ 'ਚ ਆ, ਉਹਨਾਂ ਨੂੰ ਇੱਕ ਮਿਊਜ਼ੀਅਮ 'ਚ ਨਹੀਂ ਰੱਖਿਆ ਜਾ ਸਕਦਾ। ਵੀ ਜਿੱਦਾਂ ਸਰਕਾਰ ਨੇ ਅਨਾਊਂਸ ਕੀਤਾ ਵੀ ਪਿੱਪਲੀ ਇੱਕ ਮਿਊਜ਼ੀਅਮ ਬਣਾ ਦਾਂਗੇ, ਉੱਥੇ ਲੋਕ ਆਉਂਦੇ ਜਾਂਦੇ ਇਹ ਮੇਨ ਰੋਡ ਦੇ ਨੇੜੇ, ਉੱਥੇ ਲੋਕ ਦਰਸ਼ਨ ਕਰਨਗੇ, ਗੁਰੂਆਂ ਦੀਆਂ ਨਿਸ਼ਾਨੀਆਂ ਉੱਥੇ ਕਿਵੇਂ ਰੱਖ ਸਕਦੇ? ਉੱਥੇ ਨੰਗੇ ਸਿਰ ਲੋਕਾਂ ਨੇ ਜਾਣਾ, ਜੁੱਤੀਆਂ ਜੋੜੇ ਪਾ ਕੇ, ਮਿਊਜ਼ੀਅਮ ਤਾਂ ਐਂ ਦੇਖੇ ਜਾਂਦੇ ਆ ਜੀ, ਉੱਥੇ ਮਰਿਆਦਾ ਕਿਵੇਂ ਰਹੂਗੀ? ਇਹ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੀਦਾ। ਜਿਵੇਂ ਜਦੋਂ ਸਾਡਾ ਫੈਸਲਾ ਆਇਆ ਤਾਂ ਸਰਕਾਰ ਨੇ ਇੱਕ ਐਕਟ 'ਚ ਅਮੈਂਡਮੈਂਟ ਕੀਤੀ ਪੈਟਰਨ ਦੀ ਪੋਸਟ, ਵੀ ਪੈਟਰਨ ਜਿਹੜਾ ਹੈਗਾ ਇੱਕ 41 ਮੈਂਬਰੀ ਕਮੇਟੀ, ਇੱਕ ਪੈਟਰਨ ਹੋਊ। ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਿਹਾ, ਮੁੱਖ ਮੰਤਰੀ ਸਾਹਿਬ ਸਾਡੇ ਪੈਟਰਨ ਗੁਰੂ ਗ੍ਰੰਥ ਸਾਹਿਬ ਹੁੰਦੇ ਆ, ਸਰਪ੍ਰਸਤ ਸਾਡੀ ਕਮੇਟੀ, ਕਿਸੇ ਗੁਰਦੁਆਰਾ ਕਮੇਟੀ ਦਾ ਪੈਟਰਨ ਨਹੀਂ ਹੁੰਦਾ, ਪੈਟਰਨ ਗੁਰੂ ਗ੍ਰੰਥ ਸਾਹਿਬ ਆ। ਅਤੇ ਆਹ ਮੇਰੀ ਗੱਲ ਉਹਨਾਂ ਨੇ ਧਿਆਨ ਨਾਲ ਸੁਣੀ ਅਤੇ ਮੰਨ ਲਈ। ਅੱਜ ਤੱਕ ਉਹਨਾਂ ਨੇ ਪੈਟਰਨ ਦੀ ਪੋਸਟ ਜਿਹੜੀ ਉਹ ਖਾਲੀ ਪਈ ਆ, ਜਿਹੜੀ ਕਿ ਸਗੋਂ ਡਿਲੀਟ ਕਰਨੀ ਚਾਹੀਦੀ ਸੀ, ਐਗਜੈਕਟਿਵ ਨੇ ਮਤਾ ਪਾ ਕੇ ਦੇਣਾ ਸੀ, ਪਰ ਹੁਣ ਕੋਈ ਐਗਜੈਕਟਿਵ ਨਹੀਂ, ਨਾ ਦੀ ਐਗਜੈਕਟਿਵ ਆ, ਟੈਂਪਰੇਰੀ ਚਾਰਜ ਆ। ਉਹਨਾਂ ਨੂੰ ਪਤਾ ਨਹੀਂ ਮਰਿਆਦਾ ਗੁਰ ਸਿਧਾਂਤ ਅਨੁਸਾਰ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਮੈਂ ਜਾਤੀ ਤੌਰ 'ਤੇ ਨਹੀਂ ਕਿਸੇ ਦਾ ਵਿਰੋਧੀ, ਪਰ ਗੁਰਮਰਿਆਦਾ ਦੀ ਮੈਂ ਗੱਲ ਕਰਦਾ, ਜਿਹੜੇ ਗੁਰਮਰਿਆਦਾ ਵਾਲੇ ਆ ਉਹਨਾਂ ਨੂੰ ਉਹ ਪੁੱਛਦੇ ਨਹੀਂ, ਉਹ ਸਮਝਦੇ ਵੀ ਅੱਜ ਸਾਡੇ ਕੋਲ ਚਾਰਜ ਆ ਅਤੇ ਅਸੀਂ ਜਿਹੜਾ ਹੈਗਾ ਵੀ ਜੋ ਕਰ ਰਹੇ ਬਸ ਠੀਕ ਆ। ਬੜਾ ਭ੍ਰਿਸ਼ਟਾਚਾਰ, ਬੜੀ ਦੁਰਵਰਤੋਂ ਹੋ ਰਹੀ ਆ, ਮੈਂ ਇਸ ਪਾਸੇ ਨਾ ਜਾਵਾਂ। ਤੁਸੀਂ ਜਿਹੜੀ ਗੱਲ ਕੀਤੀ ਆ, ਮੈਂ ਉਸੇ 'ਤੇ ਰਹਿੰਦਿਆਂ ਮੈਂ ਗੱਲ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਫਰਜ਼ ਸੀ ਉਹ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਉਂਦੇ ਵੀ ਇਹ ਜਿਹੜੀਆਂ ਗੁਰੂਆਂ ਦੀਆਂ ਨਿਸ਼ਾਨੀਆਂ ਗੁਰਦੁਆਰਿਆਂ 'ਚ, ਇਹਨੂੰ ਐਂ ਚੱਕ ਕੇ ਗੁਰਦੁਆਰਿਆਂ 'ਚੋਂ ਮਿਊਜ਼ੀਅਮ 'ਚ ਨਹੀਂ ਰੱਖਿਆ ਜਾ ਸਕਦਾ। ਨਵਾਂ ਪੰਗਾ ਛੇੜਨਾ ਦੱਸੋ ਸਰਕਾਰ ਵਾਸਤੇ,
ਵੀ ਗੁਰਦੁਆਰਿਆਂ 'ਚੋਂ ਨਿਸ਼ਾਨੀਆਂ ਜਾ ਕੇ ਮਿਊਜ਼ੀਅਮ ਸਰਕਾਰ ਨੂੰ ਦੱਸੋ ਵੀ ਇਹਦਾ ਤੁਹਾਨੂੰ ਫਾਇਦਾ ਨਹੀਂ, ਇਹਦਾ ਨੁਕਸਾਨ ਹੋਣਾ, ਨਾਲੇ ਸਾਡੇ ਦਖਲਅੰਦਾਜ਼ੀ ਹੋ ਜਾਊਗੀ। ਸਰਕਾਰੀ ਜਿੰਨੀ ਜ਼ਿੰਮੇਵਾਰੀ ਸਰਕਾਰ ਦੀ ਆ ਉੱਨੀ ਸਰਕਾਰ ਜ਼ਿੰਮੇਵਾਰੀ ਨਿਭਾਏ, ਜਿਹੜੀ ਕਮੇਟੀ ਦੀ ਜ਼ਿੰਮੇਵਾਰੀ ਉਹ ਕਮੇਟੀ ਨਿਭਾਏ। ਜਿਵੇਂ ਮੁੱਖ ਮੰਤਰੀ ਸਾਹਿਬ ਨੇ ਸਿੱਖਾਂ ਨਾਲ ਆਪਣੇ ਸੰਬੰਧਾਂ ਦੀ ਗੱਲ ਕੀਤੀ, ਉਹਦੇ ਨਾਲ ਸੰਬੰਧ ਵਧਣਗੇ, ਭਾਈਚਾਰਾ ਵਧੂਗਾ। ਨਹੀਂ ਤਾਂ ਇਸ ਗੱਲ ਨਾਲ ਨਾਰਾਜ਼ਗੀ ਪੈਦਾ ਹੁੰਦੀ ਆ ਕਿ ਸਾਡੀ ਧਾਰਮਿਕ ਸੰਸਥਾ 'ਚ ਕੋਈ ਦਖਲਅੰਦਾਜ਼ੀ ਆ, ਜਾਂ ਸਾਡੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਚੱਕ ਕੇ ਮਿਊਜ਼ੀਅਮ 'ਚ ਰੱਖਣਗੇ। ਨਹੀਂ, ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੀ ਬਜਾਏ ਸਿੱਖ ਮਿਊਜ਼ੀਅਮ ਜ਼ਰੂਰ ਬਣਨਾ ਚਾਹੀਦਾ, ਪਰ ਉੱਥੇ ਸ਼ਹੀਦਾਂ ਦੀਆਂ ਜਿਹੜੀਆਂ ਯਾਦਗਾਰਾਂ ਨੇ ਜਾਂ ਕੋਈ ਸਿੱਖ ਹਿਸਟਰੀ 'ਚੋਂ ਜਿਹੜੇ ਜਿਵੇਂ ਤੋਪਾਂ ਸਿੱਖ ਬੈਟਲ ਫੀਲਡ ਦੀਆਂ, ਸਿੱਖ ਮਿਸਲਾਂ ਦੀਆਂ, ਉਹ ਯਾਦਗਾਰਾਂ ਆਪਾਂ ਮਿਊਜ਼ੀਅਮ ਬਣਨੇ ਚਾਹੀਦੇ। ਲੋਹਗੜ੍ਹ ਰਾਜਧਾਨੀ ਆ, ਉੱਥੇ ਬਣੇ, ਹੋਰ ਬਹੁਤ ਕੰਮ ਜਿਹੜਾ ਕੋਈ ਸਰਕਾਰ ਦੇ ਕਰਨ ਨਾਲ, ਪਰ ਮੈਂ ਸਮਝਦਾ ਸਾਡੀ ਇੱਕ ਕਮੇਟੀ ਦੇ ਕੰਮ ਕਰਨ, ਕਮੇਟੀ ਦੇ ਬਜਟ 'ਚੋਂ ਕੰਮ ਹੋਏ, ਸਰਕਾਰ ਜਾਂ ਸੰਗਤਾਂ ਮਦਦ ਕਰਨਗੀਆਂ, ਸਾਨੂੰ ਹੋਰ ਕਿਤੇ ਲੋੜ ਹੀ ਨਹੀਂ ਪੈਂਦੀ। ਪਰ ਹੁਣ ਗੁਰਦੁਆਰੇ ਦੀਆਂ ਗੋਲਕਾਂ ਦਾ ਪੈਸਾ ਜਦੋਂ ਨਿੱਜੀ ਹਿੱਤਾਂ 'ਤੇ ਖਰਚਿਆ ਜਾਊਗਾ, ਪੰਜ ਪੰਜ ਦਸ ਦਸ ਮੁਲਾਜ਼ਮ ਘਰਾਂ 'ਚ ਲਾਏ ਜਾਣਗੇ, ਗੁਰਦੁਆਰੇ ਦੀ ਗੋਲਕ ਦੀਆਂ ਗੱਡੀਆਂ ਲੈ ਕੇ ਤੇਲ ਗੁਰਦੁਆਰੇ ਦਾ ਰਿਸ਼ਤੇਦਾਰੀਆਂ 'ਚ ਜਾਣ 'ਤੇ ਫੂਕਿਆ ਜਾਊਗਾ, ਤਾਂ ਫਿਰ ਯਾਦਗਾਰਾਂ ਕਾਹਦੇ ਨਾਲ ਬਣਨੀਆਂ ਨੇ। ਬੜੀ ਹੀ ਇਹ ਸੰਜੀਦਗੀ ਦਾ ਮਸਲਾ ਹੈ ਅਤੇ ਬੜੇ ਹੀ ਘਾਲਣਾ ਘਾਲ ਕੇ ਜਿਹੜਾ ਹੈ, ਬੜੇ ਲੰਮੇ ਸਮੇਂ ਤੋਂ ਅਸੀਂ ਘਾਲਣਾ ਘਾਲੀ ਵੀ ਇੱਕ ਹਰਿਆਣੇ ਦੀ ਜਿਹੜੀ ਹੈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਤੋਂ ਜਿਹੜੀ ਸੁਚੱਜਾ ਪ੍ਰਬੰਧ ਹੋ ਸਕੇ। ਦੇਖੋ ਮੇਰੇ ਤੋਂ ਪਹਿਲਾਂ ਬੜਾ ਜੱਦੋਜਹਿਦ ਹੋਈ, ਮੇਰੇ ਤੋਂ ਪਹਿਲਾਂ ਵਾਲਿਆਂ ਨੇ ਬਹੁਤ ਕੀਤੀ, ਜਦੋਂ ਮੇਰੀ ਜ਼ਿੰਮੇਵਾਰੀ ਮੈਂ ਜੱਦੋਜਹਿਦ ਕੀਤੀ, ਪਰ ਇਸੇ ਵਾਸਤੇ ਸੀ ਪ੍ਰਬੰਧ ਸੁਚੱਜਾ ਹੋਵੇ, ਸੁਧਾਰ ਹੋਵੇ, ਅਸੀਂ ਪ੍ਰਚਾਰ ਪ੍ਰਸਾਰ ਕਰ ਸਕੀਏ ਧਰਮ ਦਾ। ਪਰ ਹੁਣ ਕੀ ਹਾਲਾਤ ਬਣ ਗਏ, ਮੈਂ ਪਿਛਲੇ ਸਮੇਂ ਦੇ ਵਿੱਚ ਭਾਵੇਂ ਇੱਕ ਐਗਜ਼ੈਕਟਿਵ ਮੈਂਬਰ ਸੀ, ਵੋਟ ਵੀ ਮੈਨੂੰ ਪਾਈ ਸੀ ਪ੍ਰਧਾਨਗੀ ਦੀ ਉਹਨੇ, ਪਰ ਮੈਂ ਫਿਰ ਵੀ ਉਹਦੇ ਕੋਲ ਕਰਪਸ਼ਨ ਦੇ ਪੈਸੇ ਗੁਰਦੁਆਰੇ ਦੀ ਗੋਲਕ 'ਚ ਭਰਵਾਏ, ਭਾਵੇਂ ਉਹ ਨਾਰਾਜ਼ ਹੋਇਆ, ਪਰ ਮੈਂ ਕਿਹਾ ਨਹੀਂ, ਗੁਰੂ ਦੀ ਗੋਲਕ ਦੇ ਪੈਸੇ ਇੱਥੇ ਭਰਨੇ ਪੈਣਗੇ। ਪਰ ਹੁਣ ਜਿਸ ਤਰੀਕੇ ਦੇ ਨਾਲ ਉਦੋਂ ਬਾਅਦ 'ਚ ਹੁਣ ਦਰਬਾਰ ਤੋਂ ਉਹਨੂੰ ਦੇਖ ਕੇ ਤਾਂ ਸਾਨੂੰ ਜਿਹੜਾ ਵਾ ਕਈ ਵਾਰੀ ਮਨ ਦੁਖੀ ਹੁੰਦਾ ਵੀ ਇਹਦੇ ਵਾਸਤੇ ਥੋੜ੍ਹੀ ਜਿਹੀ ਕਮੇਟੀ ਬਣਾਈ ਸੀਗੀ, ਜੋ ਕੁਛ ਹੁਣ ਹੋ ਰਿਹਾ ਅਤੇ ਹਰ ਗੱਲ ਜਿਹੜੀ ਉਹ ਸਰਕਾਰ 'ਤੇ ਸਿੱਟ ਦਿੰਦੇ, ਖੁਦ ਹੀ ਪ੍ਰਧਾਨ ਕਹਿੰਦਾ ਸਰਕਾਰ ਕਰੂਗੀ, ਵੀ ਸਰਕਾਰ ਨੇ ਆਪਣੀ ਸਰਕਾਰ ਚਲਾਉਣੀ ਆ ਕਿ ਜਾਂ ਉਹ ਕਮੇਟੀ ਚਲਾਉਣੀ ਆ, ਪਰ ਉਹ ਹਰ ਗੱਲ ਜਦੋਂ ਆਪਣੀ ਕਾਬਲੀਅਤ ਨਹੀਂ ਆ ਤਾਂ ਕਰਕੇ ਆ ਸਾਰਾ ਕੁਛ ਜਿਹੜਾ ਉਹ ਹੋ ਰਿਹਾ। ਬੜੀ ਦੁਖਦਾਈ ਗੱਲ ਆ ਜਿਹੜੀ ਹਰਿਆਣੇ ਦੀਆਂ ਸੰਗਤਾਂ ਨੂੰ, ਅਸੀਂ ਤਾਂ ਜੱਦੋਜਹਿਦ ਕਰਕੇ ਹਰਿਆਣੇ ਦੀਆਂ ਸੰਗਤਾਂ ਨੂੰ ਇੱਕ ਪਲੇਟਫਾਰਮ ਲੈ ਕੇ ਦਿੱਤਾ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਦਾ, ਪ੍ਰਚਾਰ ਪ੍ਰਸਾਰ ਦਾ, ਪਰ ਹੁਣ ਸੰਗਤਾਂ ਜਾਗਰੂਕ ਹੋਣ, ਗੁਰੂ ਕਿਰਪਾ ਕਰੇ, ਸੰਗਤ ਮੰਗ ਕਰੇ ਕਿ ਇਲੈਕਸ਼ਨ ਹੋਵੇ, ਇਲੈਕਸ਼ਨ ਸਰਕਾਰ ਕਰਾਵੇ ਅਤੇ ਆਪਣੇ ਨੁਮਾਇੰਦੇ ਚੁਣ ਕੇ ਭੇਜਣ ਸੰਗਤਾਂ, ਅਤੇ ਉਹ ਜਾ ਕੇ ਪ੍ਰਬੰਧ ਜਿਹੜਾ ਹੈਗਾ ਉਹ ਚਲਾਉਣ। ਜਥੇਦਾਰ ਸਾਹਿਬ ਨਾਲ ਗੱਲਬਾਤਾਂ ਹੋਰ ਵੀ ਨੇ, ਬੜੇ ਅਜਿਹੇ ਮੁੱਦੇ ਨੇ ਜਿਸ 'ਤੇ ਜਥੇਦਾਰ ਸਾਹਿਬ ਨਾਲ ਅਸੀਂ ਗੱਲਬਾਤ ਕਰ ਸਕਦੇ ਹਾਂ, ਇਹਨਾਂ ਦਾ ਵਿਊ ਪੁਆਇੰਟ ਲੈ ਸਕਦੇ ਹਾਂ। ਇੱਕ ਵਾਰ ਫਿਰ ਤੋਂ ਜਥੇਦਾਰ ਸਾਹਿਬ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ ਦੇ ਵਿੱਚ ਆਪ ਨਿੱਜੀ ਤੌਰ 'ਤੇ ਆਉਣ 'ਤੇ ਨਿੱਘਾ ਸਵਾਗਤ ਅਤੇ ਬਹੁਤ ਬਹੁਤ ਧੰਨਵਾਦ ਹੈ। ਫਤਿਹ ਅਰਜ਼ ਕਰਨ ਤੋਂ ਪਹਿਲਾਂ ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ।